ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਅੱਜ ਇੱਕ ਅਸੀਂ ਸਪੈਸ਼ਲ ਸਾਡੇ ਮਹਿਮਾਨ ਆ ਜਿਹੜੇ ਸਾਊਥ ਅਮਰੀਕਾ ਦੇ ਵਿੱਚ ਸਿੱਖੀ ਦਾ ਧਰਮ ਦਾ ਪ੍ਰਚਾਰ ਆਪਣੇ ਹੀ ਤਰੀਕੇ ਨਾਲ ਕਰਦੇ ਆ, ਅਤੇ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਇਹ ਕਿਵੇਂ ਕਿਵੇਂ ਉਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਦਾ ਆਪਦਾ ਪਿਛੋਕੜ ਕੀ ਆ, ਸਾਰਾ ਕੁਝ ਜਾਣਾਂਗੇ। ਸਾਡੇ ਨਾਲ ਹਾਜ਼ਰ ਨੇ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ। ਸਭ ਤੋਂ ਪਹਿਲਾਂ ਜੀ ਆਇਆਂ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰਘਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਵੱਲੋਂ ਲੀਮਾ ਪੇਰੂ ਸਾਊਥ ਅਮਰੀਕਾ ਤੋਂ ਆਵਾਜ਼ੇ ਕੌਮ ਦੇ ਸਾਰੇ ਸਰੋਤੇ ਅਤੇ ਸਾਰੇ ਭੈਣ ਭਰਾ ਜਿਹੜੇ ਇਸ ਟਾਈਮ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਅਤੇ ਪਿਆਰ ਭਰੀ ਗਲਵੱਕੜੀ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਆਪਣੇ ਪ੍ਰਤਾਪ ਸਿੰਘ ਜੀ। ਅਸੀਂ ਜੋ ਤੁਹਾਡਾ ਸੋਸ਼ਲ ਮੀਡੀਆ 'ਚ ਦੇਖਿਆ ਪ੍ਰਚਾਰ ਦਾ ਜਿਹੜਾ ਢੰਗ ਤਰੀਕਾ, ਮਤਲਬ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਤੁਸੀਂ ਕਰਦੇ ਆ, ਅਤੇ ਮੈਂ ਜਾਣਨਾ ਚਾਹੁੰਦਾ, ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿ ਕੀ ਕਰ ਰਹੇ ਆ ਤੁਸੀਂ, ਅਤੇ ਤੁਹਾਡਾ ਪਿਛੋਕੜ ਕਿੱਦਾਂ, ਇਸ ਲਾਈਨ 'ਚ ਆਏ ਕਿੱਦਾਂ? ਰਘਬੀਰ ਸਿੰਘ ਜੀ, ਮੈਂ ਟਰੈਵਲ ਇੰਡਸਟਰੀ 'ਚ ਕੰਮ ਕਰਦਾ, ਜਿਹੜੇ ਗੋਰੇ ਸਪੈਨਿਸ਼ ਜਿਹੜੇ ਇੰਡੀਆ ਘੁੰਮਣ ਜਾਂਦੇ ਆ ਜਾਂ ਸਾਡੇ ਕੋਲ ਸਾਊਥ ਅਮਰੀਕਾ ਆਉਂਦੇ ਆ, ਅਤੇ ਇਹਨਾਂ ਦੀ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ ਸਪੈਨਿਸ਼ ਲੈਂਗੁਏਜ। ਅੱਛਾ ਜੀ। ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਸਪੇਨ ਤੋਂ ਸਪੈਨਿਸ਼ ਲੈਂਗੁਏਜ ਕੀਤੀ ਸੀ ਔਰ ਫਰਾਂਸ ਤੋਂ ਫਰੈਂਚ ਲੈਂਗੁਏਜ ਪੜ੍ਹੀ ਸੀ ਮੈਂ। ਠੀਕ ਹੈ। ਉਸ ਤੋਂ ਬਾਅਦ ਮੈਂ ਟੂਰਿਜ਼ਮ ਦਾ ਕੋਰਸ ਕੀਤਾ, ਅਤੇ ਮਾਤਾ ਨੇ ਜਦੋਂ ਮੈਂ ਪੜ੍ਹਨ ਵਾਸਤੇ ਸਪੇਨ ਗਿਆ ਸੀ ਤਾਂ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਇੱਕ ਪਗੜੀ ਤੋਂ ਗਵਾਚ ਨਾ ਜਾਈ ਕਿਤੇ। ਅੱਛਾ ਜੀ। ਤੂੰ ਪਾਸਪੋਰਟ ਗਵਾਚ ਜਾਏਗਾ ਆਪਾਂ ਹੋਰ ਲੈ ਲਵਾਂਗੇ, ਅਤੇ ਪਗੜੀ ਨਾ ਗਵਾਚ ਜਾਏ ਤੇਰੀ, ਤੂੰ ਸਿੱਖੀ ਤੋਂ ਨਾ ਗਵਾਚ ਜਾਈ। ਅਤੇ ਮੈਂ ਮਾਤਾ ਨੂੰ ਕਿਹਾ ਵੀ ਮੈਂ ਇਹਨੂੰ ਨਹੀਂ ਲਾਵਾਂਗਾ, ਅਤੇ ਕਹਿੰਦੀ ਆਪਣੇ ਗੁਰੂ ਦਾ ਵੀ ਨਾਲ ਮੈਸੇਜ ਦੇਵੀਂ, ਤੈਨੂੰ ਇੱਕ ਮੌਕਾ ਮਿਲ ਰਿਹਾ, ਤੂੰ ਟਰੈਵਲ ਇੰਡਸਟਰੀ 'ਚ ਕੰਮ ਕਰਦਾ, ਅਤੇ ਜਿਹੜੇ ਫੋਰਨਰ ਹੋਣਗੇ ਉਹਨਾਂ ਨੂੰ ਦੱਸੀ ਤੇਰੇ ਕੋਲ ਲੈਂਗੁਏਜ ਹੈ, ਤੈਨੂੰ ਇੰਗਲਿਸ਼ ਵੀ ਆਉਂਦੀ ਹੈ ਸਪੈਨਿਸ਼ ਵੀ ਆਉਂਦੀ ਹੈ, ਅਤੇ ਮਕਸਦ ਇਹ ਰੱਖੀ ਕਿ ਪੱਗ ਨਾ ਗਵਾਚ ਜਾਏ ਤੇਰੀ ਕਿਤੇ। ਠੀਕ ਹੈ। ਅਤੇ ਤੁਸੀਂ ਪੰਜਾਬ ਤੋਂ ਜਾਂ ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ ਇੰਡੀਆ ਦੇ ਵਿੱਚ? ਨਹੀਂ ਜੀ, ਅਸੀਂ ਮੇਰੇ ਬਜ਼ੁਰਗ ਪਾਕਿਸਤਾਨ ਤੋਂ ਆਏ ਸੀ, ਲੈਲਪੁਰ ਤੋਂ ਮੇਰੇ ਫਾਦਰ ਸਾਹਿਬ ਸੀ, ਮੇਰੀ ਮਾਤਾ ਸਿਆਲਕੋਟ ਤੋਂ। ਅੱਛਾ ਜੀ। ਅਤੇ ਜਦੋਂ ਪਾਕਿਸਤਾਨ ਬਣਿਆ ਤਾਂ ਉਹ ਕੁਛ ਵਕਤ, ਕੁਛ ਮੇਰੇ ਖਿਆਲ ਦੱਸਦੇ ਸੀ ਸਾਨੂੰ ਕਿ ਹਫ਼ਤਾ 10 ਦਿਨ, ਮੇਰੇ ਖਿਆਲ 15 ਕੁ ਦਿਨ ਉਹ ਉੱਥੇ ਅੰਮ੍ਰਿਤਸਰ ਬਾਰਡਰ 'ਤੇ ਰੁਕੇ, ਉਸ ਤੋਂ ਬਾਅਦ ਉਹ ਦਿੱਲੀ ਆ ਗਏ। ਅੱਛਾ ਜੀ। ਅਤੇ ਅਸੀਂ ਦਿੱਲੀ, ਮੈਂ ਦਿੱਲੀ 'ਚ ਪੈਦਾ ਹੋਇਆ, ਫਿਰ ਉੱਥੇ ਸੈਟਲ ਹੋ ਗਏ। ਮੇਰੇ ਫਾਦਰ ਆਰਮੀ 'ਚ ਸੀ, ਉੱਥੋਂ ਮੈਂ ਸਟੱਡੀ ਕੀਤੀ ਅਤੇ ਟੂਰਿਜ਼ਮ ਪੜ੍ਹਿਆ, ਫਿਰ ਮੈਂ ਯੂਰਪ ਆਇਆ, ਇਹਦੀ ਲੈਂਗੁਏਜ ਕੀਤੀ, ਅਤੇ ਉਸ ਤੋਂ ਬਾਅਦ ਹਮੇਸ਼ਾ ਨਾਲ ਦੱਸਿਆ ਕਿ ਜਦੋਂ ਲੱਗੀ ਸਾਨੂੰ, ਕਿਉਂਕਿ ਗੋਰੇ ਕਨਫਿਊਜ਼ ਹੁੰਦੇ ਆ ਵੀ ਇਹ ਕੌਣ ਆ, ਇਹ ਹਿੰਦੂ ਹੈ, ਫਿਰ ਮੈਂ ਹਮੇਸ਼ਾ ਬਰੋਸ਼ਰਸ ਬਣਾ ਕੇ ਵੀ ਇਹਨਾਂ ਨੂੰ ਸਾਡਾ ਪਤਾ ਲੱਗਣਾ ਚਾਹੀਦਾ। ਕਈ ਵਾਰ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਨੂੰ ਹਿੰਦੂ ਵੀਰਾਂ ਨਾਲ ਮੁਸਲਮਾਨਾਂ ਨਾਲ ਕੋਈ ਦਿੱਕਤ ਨਹੀਂ ਹੈਗੀ, ਪਰ ਸਾਡੇ ਤੇ ਉਹ ਸਾਨੂੰ ਵੈਸੇ ਹੀ ਸੁਲਤਾਨ ਹੁਸੈਨ ਕਹੀ ਜਾਣ ਤੇ ਉਹ ਵੀ ਗੱਲ ਠੀਕ ਨਹੀਂ। ਇੰਡੀਆ ਵਿੱਚ ਵੀ ਮੈਂ ਟਰੈਵਲ ਏਜੰਸੀ 'ਚ ਕੰਮ ਕੀਤਾ, ਗੋਰਿਆਂ ਨੂੰ ਰਿਸੀਵ ਕਰਨਾ, ਸਭ ਕੁਝ ਕਰਨਾ, ਬੰਗਲਾ ਸਾਹਿਬ ਲੈ ਕੇ ਜਾਣਾ, ਪਰ ਨਾਲ ਅਸੀਂ ਰੱਖਿਆ ਕਿ ਅਸੀਂ ਇਹਨਾਂ ਨੂੰ ਗੋਰਿਆਂ ਨੂੰ ਸਾਡਾ ਪਤਾ ਲੱਗੇ, ਸਾਡੀ ਫਿਲੋਸਫੀ ਪਤਾ ਲੱਗੇ, ਆਪਾਂ ਹੈ ਕੌਣ ਆ। ਠੀਕ ਹੈ। ਤੁਸੀਂ ਮਤਲਬ ਯੂਰਪ ਦੀ ਗੱਲ ਕੀਤੀ ਹੈ, ਕਦੋਂ ਆਏ ਦੇਸ਼ ਦੇ, ਜਿੱਦਾਂ ਬਾਹਰ ਇੱਥੇ ਵਿਦੇਸ਼ ਦੇ ਵਿੱਚ ਕਦੋਂ ਆਏ? ਮੈਂ 93 'ਚ ਆਇਆ ਸੀ, 1983 'ਚ ਆਇਆ ਸੀ ਸਪੈਨਿਸ਼ ਦਾ ਪੜ੍ਹਨ ਵਾਸਤੇ। ਅੱਛਾ। ਉੱਥੋਂ ਮੈਂ ਡਿਪਲੋਮਾ ਕੀਤਾ 2.5 ਸਾਲ ਦਾ, ਫਿਰ ਉੱਥੋਂ ਕਰਨ ਤੋਂ ਬਾਅਦ ਫਿਰ ਮੈਂ ਟਰੈਵਲ ਏਜੰਸੀ 'ਚ ਕੰਮ ਕੀਤਾ, ਉੱਥੇ ਟਰੈਵਲ ਏਜੰਸੀਆਂ 'ਚ, ਫਿਰ ਮੈਂ ਕੰਪਨੀ ਖੋਲ੍ਹ ਕੇ ਫਿਰ ਮੈਂ ਇੰਡੀਆ ਚਲਾ ਗਿਆ, ਅਤੇ ਇਹ ਮੈਂ ਕਹਿ ਰਿਹਾ ਮੈਂ ਕੀਤਾ। ਅਤੇ ਮੈਨੂੰ ਕਰਦਾ ਕਿ ਗੁਰੂ ਸਾਹਿਬ ਨੇ ਮੈਨੂੰ ਲੈਂਗੁਏਜਾਂ ਸਿਖਾਈਆਂ। ਮੈਂ ਇੱਕ ਵਾਰੀ ਸਿੰਘ ਸਾਹਿਬ ਅਰਦਾਸ ਕੀਤੀ ਸੀ ਮਹਾਰਾਜ ਅੱਗੇ, ਹਾਂਜੀ, ਕਿ ਮਹਾਰਾਜ ਤੂੰ ਆਪਣਾ ਮੈਨੂੰ ਡਾਕੀਆ ਬਣਾ ਲੈ। ਅੱਛਾ ਜੀ। ਅਤੇ ਮੇਰੇ ਖਿਆਲ ਨੇ ਮਹਾਰਾਜ ਤੇ ਅਰਦਾਸ ਸੁਣਦੇ ਹੈ, ਅਤੇ ਯੂਰਪ 'ਚ ਰਹਿ ਕੇ ਸਾਰਾ ਕੁਝ, ਕਾਫੀ ਕੰਟਰੀ ਮੈਂ ਯੂਰਪ ਦੀਆਂ ਸਾਰੀਆਂ ਘੁੰਮੀਆਂ, ਔਰ ਮੇਰੇ ਕੋਲ ਡਾਕੂਮੈਂਟਸ ਵੀ ਸੀ, ਪਗੜੀ ਦੇ ਨਾਲ ਹੀ ਮੈਂ ਥੋੜੀਆਂ ਬੜੀ, ਤੁਹਾਨੂੰ ਪਤਾ, ਦਿੱਕਤਾਂ ਆਈਆਂ, ਪਰ ਉਹ ਮੈਨੂੰ ਮਾਛੀਵਾੜ ਦੇ ਜੰਗਲ ਨੂੰ ਜ਼ਿਆਦੀਆਂ ਦਿੱਕਤਾਂ ਨਹੀਂ ਆਈਆਂ। ਠੀਕ ਹੈ। ਅਤੇ ਜਿਵੇਂ ਤੁਸੀਂ ਮਤਲਬ ਬਾਹਰ ਇੱਥੇ ਹੁਣ ਸੈਟਲ ਡਾਊਨ ਆ, ਅੱਜ ਕੱਲ੍ਹ ਅਮੈਰੀਕਾ, ਜਿੱਦਾਂ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦੱਸ ਦਿਓ, ਸਾਊਥ ਅਮੈਰੀਕਾ ਕਿੱਥੇ ਕਿਹੜੀ ਜਗ੍ਹਾ ਰਹਿੰਦੇ ਹਾਂ ਅਤੇ ਅੱਜ ਕੱਲ੍ਹ ਕੀ ਕਰਦੇ? ਹਾਂਜੀ, ਇਹ ਸਾਊਥ ਅਮੈਰੀਕਾ 'ਚ ਇੱਕ ਕੰਟਰੀ ਹੈ ਪੇਰੂ। ਅੱਛਾ। ਸਾਊਥ ਅਮਰੀਕਾ ਅਤੇ ਸੈਂਟਰਲ ਅਮੈਰੀਕਾ 20-22 ਕੰਟਰੀਆਂ ਨੇ, ਇਹ ਸਾਊਥ ਅਮਰੀਕਾ 'ਚ ਪੈਂਦਾ, ਇਹ ਪੈਸੀਫਿਕ ਓਸ਼ਨ 'ਤੇ ਹੈ, 30 ਮਿਲੀਅਨ ਦੀ ਆਬਾਦੀ ਹੈ, ਔਰ ਇਸ ਟਾਈਮ ਮੈਂ ਰਹਿ ਰਿਹਾ, ਮੇਰਾ ਪਰਿਵਾਰ, ਮੇਰਾ ਬੇਟਾ ਹੈ ਵਿਕਰਮ ਪ੍ਰਤਾਪ ਸਿੰਘ, ਬੇਟੀ ਮੇਰੀ ਮਨਪ੍ਰੀਤ ਕੌਰ, ਸਿੰਘਣੀ ਓਰੀਜਨ ਜਿਹੜਾ ਉਹਦਾ ਸਪੈਨਿਸ਼ ਹੈ,
ਤੇ ਇੱਥੇ ਅਸੀਂ ਰਹਿ ਰਹੇ ਹਾਂ, ਇਹਦੀ 30 ਮਿਲੀਅਨ ਦੀ ਆਬਾਦੀ ਹੈ, ਔਰ ਜਿੱਥੇ ਅਸੀਂ ਰਹਿ ਰਹੇ ਹਾਂ ਲੀਮਾ, ਲੀਮਾ ਕੈਪੀਟਲ ਹੈ ਪੇਰੂ ਦਾ, ਅੱਛਾ ਜੀ, ਔਰ ਇੱਥੇ ਦੀ ਪਾਪੂਲੇਸ਼ਨ 10 ਮਿਲੀਅਨ ਹੈ। ਠੀਕ ਹੈ। ਹਾਂ, ਤੇ ਉਸ ਤੋਂ ਇਲਾਵਾ ਅਸੀਂ ਟੂਰਿਜ਼ਮ ਇੰਡਸਟਰੀ 'ਚ ਇਹ ਵੀ ਜਿਸ ਤਰ੍ਹਾਂ 7 ਨੰਬਰ ਵੰਡਰ ਆਫ ਦਾ ਵਰਲਡ ਆਗਰਾ ਹੈ, ਤਾਜ ਮਹਿਲ ਸਾਡੇ ਕੋਲ ਮਾਛੂ ਮਾਛੂ ਪੀਛੂ ਹੈ ਇੱਥੇ। ਅੱਛਾ ਜੀ। ਉਹ ਉਹਨਾਂ ਨੇ ਜਿਹੜੇ ਇੰਕਾ ਰੇਸ, ਪੁਰਾਣੀ ਰੇਸ ਉਹਨਾਂ ਨੇ ਬਣਾਇਆ ਸੀ, ਤੇ ਉਹ ਲੋਕ ਬਹੁਤ ਸਾਰੇ ਇੱਥੇ ਘੁੰਮਣ ਆਉਂਦੇ ਆ, ਤੇ ਅਸੀਂ ਉਹਨਾਂ ਦੀ ਪ੍ਰੋਗਰਾਮਿੰਗ ਕਰਦੇ ਹਾਂ, ਜਿਹੜੀਆਂ ਜਿਹੜੀ ਹੋਲਸੇਲਰਸ ਏਜੰਸੀਆਂ ਨੇ ਅਸੀਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ, ਕੈਟਲੋਗ ਬਣਾਉਣਾ, ਉਹਨਾਂ ਦੇ ਅਰੇਂਜਮੈਂਟ ਕਰਨੇ, ਉਹ ਜਿਹੜੇ ਬੰਦੇ ਇੰਡੀਆ ਘੁੰਮਣ ਜਾਂਦੇ ਆ ਔਰ ਉਹਨਾਂ ਦੇ ਵੀ ਸਾਰੇ ਅਸੀਂ ਅਰੇਂਜਮੈਂਟ ਕਰਦੇ ਹਾਂ ਇੱਥੋਂ ਹੀ ਸਭ ਕੁਝ। ਤੋਂ ਉਸ ਤੋਂ ਇਲਾਵਾ ਸਾਡੀ ਇੰਟਰਪ੍ਰੀਟੇਸ਼ਨ ਸਰਵਿਸ ਹੈ, ਜਿਹੜੇ ਸਪੈਨਿਸ਼ ਤੋਂ ਅੰਗਰੇਜ਼ੀ ਔਰ ਅੰਗਰੇਜ਼ੀ ਤੋਂ ਸਪੈਨਿਸ਼, ਔਰ ਅਸੀਂ ਹੁਣ ਸਾਡਾ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਸਿੰਘ ਸਾਹਿਬ, ਅਸੀਂ ਆਨਲਾਈਨ ਆਨਲਾਈਨ ਜਿਹੜੇ ਨੇ ਉਹ ਅਸੀਂ ਸਪੈਨਿਸ਼ ਸਿਖਾਉਂਦੇ ਹਾਂ। ਸਪੈਨਿਸ਼ ਪੜ੍ਹਨਾ ਸਿਖਾਉਂਦੇ ਹਾਂ ਜਾਂ ਲਿਖਣਾ ਸਿਖਾਉਂਦੇ ਹਾਂ, ਕੀ ਕਰਦੇ ਹਾਂ ਪੜ੍ਹਾਈ ਦੇ ਵਿੱਚ ਉਹਨਾਂ ਨੂੰ? ਹਾਂਜੀ, ਅਸੀਂ ਉਹਨਾਂ ਨੂੰ ਸਪੈਨਿਸ਼ ਤੋਂ ਪਹਿਲਾਂ ਗ੍ਰੈਮਰ ਪੜ੍ਹਾ ਕੇ ਤੇ ਉਹਨਾਂ ਨੂੰ ਬੋਲਣਾ ਵੀ ਸਿਖਾਉਂਦੇ ਹਾਂ, ਔਰ ਗ੍ਰੈਮਰ ਤੁਹਾਨੂੰ ਪਤਾ ਬੇਸਿਕ, ਅਗਰ ਗ੍ਰੈਮਰ ਆ ਜਾਏ ਤੇ ਉਹਦੇ ਵਿੱਚ, ਉਸ ਤੋਂ ਬਾਅਦ ਉਹਨੂੰ ਲਿਖਣਾ ਵੀ ਤੇ ਪੜ੍ਹਨਾ ਵੀ ਸਿਖਾਉਣਾ, ਉਸ ਤੋਂ ਬਾਅਦ ਉਹਨੂੰ ਗਾਈਡ ਕਰਦੇ ਹਾਂ ਜਿਹੜੇ ਸਾਡੇ ਕੋਲ ਸਟੂਡੈਂਟ ਹੈ ਵੀ ਤੂੰ ਇਹ ਸਪੈਨਿਸ਼ ਬੋਲ ਕੇ ਕਿੱਥੇ ਕਿੱਥੇ ਕੰਮ ਕਰ ਸਕਦਾ ਹੈ। ਅੱਛਾ। ਹੁਣ ਇੰਡੀਆ ਚੋਂ ਮੇਰੇ ਖਿਆਲ ਦੇ ਨਾਲ ਇੱਕ ਬੰਦੇ ਨੂੰ ਸਪੈਨਿਸ਼ ਤੇ ਇੰਗਲਿਸ਼ ਆਉਂਦੀ, ਸਾਡੇ ਬੱਚਿਆਂ ਨੂੰ ਸਾਰਿਆਂ ਨੂੰ ਆਉਂਦੀ ਹੈ ਉੱਥੇ, ਅਗਰ ਸਪੈਨਿਸ਼ ਆ ਜਾਏ ਤੇ 20 ਕੰਟਰੀਆਂ 20 ਕੰਪਨੀਆਂ ਸਾਡੇ ਸਾਊਥ ਅਮਰੀਕਾ ਦੇ ਜਿਹੜੇ ਇੰਡੀਆ 'ਚ ਕੰਮ ਕਰ ਰਹੀਆਂ, ਠੀਕ ਹੈ, ਔਰ ਸਾਡੇ ਬੱਚੇ ਜਿਹੜੇ ਆ ਉਹ ਲੈਂਗੁਏਜ ਪੜ੍ਹ ਕੇ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਇਸ ਕੰਪਨੀ ਦੇਖੋ, ਹੁਣ ਸਪੇਅਰ ਪਾਰਟ ਲੁਧਿਆਣੇ ਤੋਂ ਆ ਰਿਹਾ, ਸੋਲਰ એનર્ਜੀ ਦੇ ਪਲਾਂਟ ਲੱਗ ਰਹੇ ਆ, ਇਸ ਕਰਕੇ ਸਾਡੇ ਬੱਚੇ ਉੱਥੇ ਇੰਟਰਪ੍ਰੀਟੇਸ਼ਨ ਦਾ ਕੰਮ ਕਰ ਰਹੇ ਆ, ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ। ਤੁਹਾਡਾ ਕਹਿਣ ਦਾ ਭਾਵ ਕਿ ਜੇ ਪੰਜਾਬ ਤੋਂ, ਇੰਡੀਆ ਤੋਂ ਜਾਂ ਕਿਸੇ ਵੀ ਸੂਬੇ ਤੋਂ ਕਿਸੇ ਨੇ ਬਾਹਰ ਆਉਣਾ ਹੋਵੇ, ਜਿਹੜੀ ਜਗ੍ਹਾ ਤੁਸੀਂ ਆ, ਜਿੱਦਾਂ 20 ਕੰਟਰੀਆਂ ਦੀ ਗੱਲ ਕੀਤੀ ਆ, ਕਿ ਜੇ ਉਹਨਾਂ ਨੂੰ ਸਪੈਨਿਸ਼ ਭਾਸ਼ਾ ਆਉਂਦੀ ਹੋਵੇ ਤੇ ਉਹਨਾਂ ਦਾ ਜਿਹੜਾ ਫਿਊਚਰ ਆ ਸੌਖਾ ਬਣ ਸਕਦਾ? ਹਾਂਜੀ, ਉਹ ਇਸ ਤਰ੍ਹਾਂ ਹੈਗਾ ਕਿ ਹੁਣ ਦੇਖੋ ਮੈਂ ਸਪੇਨ 'ਚ ਵੀ ਰਿਹਾ ਤੇ ਉਹ ਲੈਂਗੁਏਜ ਆਉਂਦੀ ਨਹੀਂ ਇਹਨਾਂ ਨੂੰ, ਅਸੀਂ ਕਨਵੇ ਅਸੀਂ ਨਹੀਂ ਕਰ ਸਕਦੇ। ਮੈਂ ਕਈ ਵਾਰ ਜਾਣਦਾ ਬੱਚਿਆਂ ਨੂੰ, ਹੋਸਪਿਟਲ ਜਾ ਕੇ ਦੱਸ ਹੀ ਨਹੀਂ ਸਕਦੇ ਸਾਨੂੰ ਬਿਮਾਰੀ ਕੀ ਹੈ, ਠੀਕ ਹੈ, ਅਸੀਂ ਕਮਿਊਨੀਕੇਟ ਹੀ ਨਹੀਂ ਕਰ ਸਕਦੇ, ਨਾ ਅਸੀਂ ਲਾਇਰ ਨੂੰ ਗੱਲ ਕਰ ਸਕਦੇ। ਅਗਰ ਉਹਨੂੰ ਉੱਥੇ ਹੀ 3 ਮਹੀਨੇ ਦਾ ਕੋਰਸ ਕਰਾ ਦਿੱਤਾ ਜਾਵੇ, ਠੀਕ ਹੈ, ਹਰ ਬੰਦੇ ਦਾ ਦਿਲ ਕਰਦਾ, ਅਸੀਂ ਵੀ ਆਏ ਹਾਂ ਬਾਹਰ ਆਪਣੀ ਇੰਪਰੂਵਮੈਂਟ ਵਾਸਤੇ, ਬੰਦਾ ਆਉਂਦਾ ਹੈ, ਕੁਝ ਹਿੰਦੁਸਤਾਨ ਦੀ ਇਨਵਾਇਰਮੈਂਟ ਵੀ ਕੁਝ ਤੁਹਾਨੂੰ ਪਤਾ ਹੈ ਬਿਹਤਰ ਜਾਣਦੇ ਹੋ ਸਾਰਾ ਜੋ ਹੋ ਰਿਹਾ ਹੈ, ਔਰ ਬਾਹਰ ਆਉਣ 'ਚ ਕੋਈ ਬੁਰਾਈ ਵੀ ਨਹੀਂ ਹੈਗੀ, ਪਰ ਆਪਾਂ ਪ੍ਰਪੇਅਰ ਹੋ ਕੇ ਆਈਏ, ਠੀਕ ਹੈ, ਉਹ ਲੈਂਗੁਏਜ ਬਣਨ ਨਾਲ ਪੜ੍ਹਨ ਦੇ ਨਾਲ ਉਹਦੀਆਂ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ। ਫਿਰ ਅਸੀਂ ਉਹਨੂੰ ਸਟੈਪ ਸਟੈਪ ਤੇ ਉਹਨੂੰ ਕਹਿੰਦੇ ਹਾਂ, ਹੁਣ ਸਾਡੇ ਕੋਲ 9 ਮੁੰਡੇ ਜਿਹੜੇ ਦਿੱਲੀ 'ਚ ਪੜ੍ਹ ਰਹੇ ਆ ਜਿਨ੍ਹਾਂ ਨੇ 10+2 ਕੀਤੀ ਹੋਈ ਹੈ, ਠੀਕ ਹੈ, ਤੇ ਉਹ ਤੋਂ ਬਾਕੀ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਬੱਚੇ ਨੂੰ ਜਿਹਨੂੰ ਅਸੀਂ ਪੜ੍ਹਾਉਂਦੇ ਹਾਂ ਉਹਨੂੰ ਅੰਗਰੇਜ਼ੀ ਦਾ ਮਾਸਟਰ ਹੋਵੇ, ਅਸੀਂ ਪੰਜਾਬੀ ਤੋਂ ਡਾਇਰੈਕਟ ਸਪੈਨਿਸ਼ ਪੜ੍ਹਾਉਂਦੇ ਹਾਂ। ਅੱਛਾ ਜੀ, ਤੇ ਹੁਣ ਜਿਹੜੇ ਬੰਦੇ, ਹਾਂਜੀ, ਮਤਲਬ ਜਿੱਦਾਂ ਇਹ ਤਾਂ ਚਲੋ ਤੁਸੀਂ ਆਪ ਪੰਜਾਬੀ ਆ, ਪੰਜਾਬੀ ਤੋਂ ਕਰਾਉਂਦੇ ਆ, ਜਿਹੜੇ ਲੋਕਾਂ ਨੂੰ ਮਤਲਬ ਹਿੰਦੀ, ਗੁਜਰਾਤੀ ਜਾਂ ਹੋਰ ਭਾਸ਼ਾ ਹੈ ਉਹਨਾਂ ਨੇ ਸਪੈਨਿਸ਼ ਸਿੱਖਣੀ ਹੋਵੇ, ਉਹ ਵੀ ਤੁਹਾਨੂੰ ਸੰਪਰਕ ਕਰ ਸਕਦੇ ਜਾਂ ਨਹੀਂ? ਹਾਂਜੀ, ਉਹ ਵੀ ਕਰ ਸਕਦੇ ਜੀ, ਹਿੰਦੀ ਤੋਂ ਵੀ ਕਰ ਸਕਦੇ, ਪਰ ਜਿਹੜੇ ਗੁਜਰਾਤੀ ਦੂਸਰੇ ਬੰਦੇ ਇੰਗਲਿਸ਼ ਪੜ੍ਹਾਉਂਦੇ, ਫਿਰ ਮੈਨੂੰ ਇੰਗਲਿਸ਼ ਵੀ ਆਉਂਦੀ, ਅਸੀਂ ਇੰਗਲਿਸ਼ ਤੋਂ ਪੜ੍ਹਾ ਸਕਦੇ, ਕੋਈ ਸਾਡੇ ਬੰਦੇ ਜਿਹੜੇ ਹੈਗੇ ਨਾ ਸਾਡੇ ਪੰਜਾਬ ਦੇ, ਅਸੀਂ ਸੋਚ ਰਹੇ ਹਾਂ ਕਿ ਹੁਣ ਮੈਂ ਇਮੀਗ੍ਰੇਸ਼ਨ 'ਚ ਵੀ ਕੰਮ ਕਰਦਾ ਇੰਟਰਪ੍ਰੇਟਰ ਦਾ, ਅੱਛਾ, ਜੇ ਉੱਥੇ ਵੇਖਦਾ ਹੈ ਕਿ 20-30 ਲੱਖ ਦੇ ਕੇ ਤੇ ਇੱਧਰ ਸਾਣੀ ਮੈਕਸੀਕ ਤੱਕ ਵੀ ਕ੍ਰੋਸ ਹੁੰਦੇ ਆ ਬੰਦੇ, ਹਾਂਜੀ, ਤੇ ਉਹਨਾਂ ਨੂੰ ਜੋ ਡਿਪੋਰਟ ਕਰਦੇ ਆ ਉਲਟੇ 'ਚ ਤੇ ਕੰਮ ਕਰਕੇ ਸਿਰ ਸੁਰ ਮਨਾਏ ਆ, ਪੈਸੇ ਵੀ ਖਰਾਬ ਕਰਕੇ, ਹਾਂਜੀ, ਹੁਣ ਸਾਡੇ ਬੱਚੇ ਵੀ ਉਹ ਮੈਨੂੰ ਦੱਸਦੇ ਆ, ਕਿਉਂਕਿ ਇਹ ਬੱਚੇ ਇੱਥੇ ਦੇ ਹੀ ਆ, ਉਹ ਕਹਿੰਦੇ ਪਾਪਾ ਇੰਨੇ ਪੈਸੇ ਖਰਾਬ ਕਰਦੇ ਇਹਨਾਂ ਦਾ, ਇਹ ਬੰਦੇ ਕੀ ਕਰ ਰਹੇ ਨੇ, ਕੇਸ ਵੀ ਕਟਾ ਤੇ ਇਹਨਾਂ ਨੇ, ਤੇ ਇਹ ਅਗਰ ਗਾਈਡ ਕੇ ਇੰਨੇ ਪੈਸੇ ਲਾ ਕੇ ਤੁਸੀਂ ਸਾਊਥ ਅਮਰੀਕਾ 'ਚ ਲੈਂਗੁਏਜ ਸਿੱਖ ਕੇ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਹੋ। ਅਤੇ ਇਹ ਤਾਂ ਮੈਂ ਆਪਣੇ ਭਾਈ ਪ੍ਰਤਾਪ ਸਿੰਘ ਜੀ, ਜਿੱਦਾਂ ਹੁਣ ਤੁਹਾਨੂੰ ਵੀ ਪਤਾ ਕਿ ਜੋ ਉੱਥੇ ਏਜੰਟ ਕਰਦੇ ਆ, ਜੋ ਲੋਕਾਂ ਨੂੰ ਪੂਰੀ ਅਵੇਅਰਨੈਸ ਨਾ ਹੋਣ ਕਾਰਨ ਵੀ ਇਹੋ ਜਿਹੀਆਂ ਗੱਲਾਂ, ਜਾਂ ਉੱਥੇ ਜਿੱਦਾਂ ਤੁਸੀਂ ਆਪੇ ਕਿਹਾ ਵੀ ਉਹ ਉੱਥੇ ਦੇ ਹਾਲਾਤ ਹੀ ਇੱਦਾਂ ਦੇ, ਲੋਕੀ ਸੋਚਦੇ ਵੀ ਭਾਵੇਂ ਸਾਨੂੰ ਮਤਲਬ ਆਪਣੀ ਜ਼ਮੀਨ ਵੇਚ ਕੇ ਜਾਂ ਜੋ ਮਰਜ਼ੀ ਕਰਕੇ ਬਾਹਰ ਜਾਣਾ ਪਵੇ, ਬਾਹਰ ਚੱਲ ਜਾਈਏ ਫਿਰ ਜੋ ਮਰਜ਼ੀ ਹੋਈ ਜਾਵੇ। ਨਹੀਂ, ਬਾਹਰ ਤੁਸੀਂ ਆਓ, ਠੀਕ ਹੈ, ਹੁਣ ਇੱਥੇ ਸਾਨੂੰ ਕੋਈ ਦਿੱਕਤ ਨਹੀਂ, ਹੁਣ ਅਸੀਂ ਦੋ, ਮੈਂ ਔਰ ਮੇਰਾ ਬੇਟਾ ਦੋ ਹਾਂ ਪਗੜੀ ਵਾਲੇ, ਤੁਹਾਡਾ ਕਿਰਦਾਰ ਇੱਕ ਸਿੱਖ ਦਾ ਸਹੀ ਹੋਵੇ, ਅਗਰ ਤੁਸੀਂ ਪਗੜੀ ਰੱਖੀ ਹੈ ਤਾਂ ਤੁਹਾਡੀ ਇਹ ਨਹੀਂ ਕਿ ਤੁਹਾਨੂੰ ਲੋਕੀ ਡਿਸਕ੍ਰਿਮੀਨੇਟ ਕਰ ਰਹੇ ਆ, ਨਹੀਂ, ਤੁਹਾਡਾ ਅਗਰ ਕਿਰਦਾਰ ਸਹੀ ਹੋਊਗਾ, ਅਸੀਂ ਲੰਗਰ ਲਾਉਂਦੇ ਹਾਂ, ਯੂਨੀਵਰਸਿਟੀਆਂ ਗੁਰਦਾਸ ਦਾ ਮੈਸੇਜ ਦਿੰਦੇ ਹਾਂ ਕਿ ਸਾਨੂੰ ਲੋਕੀ ਜ਼ਰੂਰ ਮਾਰਦੇ ਆ, ਮੈਨੂੰ ਨੈਸ਼ਨੈਲਿਟੀ ਮਿਲੀ ਹੈ, ਬੱਚਿਆਂ ਕੋਲ ਵੀ ਨੈਸ਼ਨੈਲਿਟੀ ਹੈ, ਤੇ ਜਦੋਂ ਨੈਸ਼ਨੈਲਿਟੀ ਦਿੱਤੀ ਤੁਹਾਡਾ ਕਿਰਦਾਰ ਤੁਹਾਨੂੰ ਲੋਕੀ ਜਾਣਨ ਲੱਗ ਪੈਣ, ਇਮੀਗ੍ਰੇਸ਼ਨ ਦੇ ਬਾਹਰ ਲੰਗਰ ਜਿੱਥੇ ਵੀ ਦਿੱਕਤ ਹੁੰਦੀ ਹੈ, ਹਾਲਾਂਕਿ ਸਾਡੇ ਕੋਲ ਇੱਥੇ ਸੰਗਤ ਨਹੀਂ ਹੈ, ਤੁਹਾਡਾ ਅਗਰ ਕਿਰਦਾਰ ਸਹੀ ਹੋ ਗਿਆ ਜੇ ਤੁਸੀਂ ਕੇਸ ਲਾ ਤੇ ਤੁਸੀਂ ਰਲ ਜਾਣਾ ਉਹਨਾਂ 'ਚ, ਤੁਸੀਂ ਇਹ ਗੱਲ ਪੂਰੀ ਕਰ ਲਓ। ਹਾਂਜੀ,
ਤੇ ਉਹਦੇ ਵਿੱਚ ਹੈਗਾ ਕਿ ਜਦੋਂ ਬੱਚੇ ਉਹਨਾਂ ਨੂੰ ਕਹਿੰਦੇ ਤੂੰ ਕੇਸ ਨਹੀਂ ਲਾਉਣੇ, ਤੂੰ ਠੀਕ ਪੜ੍ਹ ਹੈ, ਕੇ ਆਉਣਾ, ਤੇ ਜਿਹੜੀ ਤੂੰ ਪੈਸੇ ਉੱਧਰ ਖਰਾਬ ਕਰ ਰਹੇ ਆ, ਅਗਰ ਤੁਸੀਂ ਸਾਊਥ ਅਮਰੀਕਾ ਦੇ ਕਿਸੇ ਕੰਟਰੀ ਖੂਬਸੂਰਤ, ਇੱਥੇ ਸਾਊਥ ਅਮਰੀਕਾ 'ਚ ਦੋ ਕੰਮ ਨੇ, ਹਾਂ ਐਗਰੀਕਲਚਰ ਔਰ ਟੂਰਿਜ਼ਮ। ਅੱਛਾ ਜੀ, ਟੂਰਿਜ਼ਮ ਤੁਹਾਡਾ ਜਿਹੜੇ ਤੁਸੀਂ ਪੈਸੇ ਉੱਧਰ ਖਰਾਬ ਕਰ ਰਹੇ ਹੋ ਲੈਂਗੁਏਜ ਸਿੱਖ ਕੇ, ਔਰ ਤੁਸੀਂ ਇੱਥੇ ਆ ਕੇ ਕੋਈ ਵੀ ਸੈੱਟ ਕਰ ਲਓ ਇੱਥੇ ਆਪਣਾ ਬਿਜ਼ਨਸ ਛੋਟਾ ਮੋਟਾ, ਠੀਕ ਤੇ ਹੈ। ਉਹਦੇ ਤੋਂ ਇਲਾਵਾ ਤੁਹਾਨੂੰ 2 ਸਾਲਾਂ 'ਚ ਤੁਹਾਡੇ ਡਾਕੂਮੈਂਟ ਬਣ ਜਾਣਗੇ, 2 ਸਾਲਾਂ 'ਚ ਤੁਸੀਂ ਪਾਸਪੋਰਟ ਵੀ ਲੈ ਸਕਦੇ ਹੋ, ਤੇ ਸਿੱਧੇ ਜਾ ਕੇ ਕੈਨੇਡਾ ਜਾਓ ਟੈਕਸ ਭਰ ਕੇ। ਮਤਲਬ ਉਹਨਾਂ ਨੂੰ ਲੋਕਾਂ ਤਾਂ ਹੀ ਜੇ ਹੁਣ ਇਹ ਕੰਮ ਏਜੰਟ ਵੀ ਦੇ ਤਾਂ ਕਰਦੇ ਹੀ ਹੋਊਗੇ ਜਿੱਦਾਂ ਤੁਸੀਂ ਐਡਵਾਈਸ ਕੀਤੀ ਹੈ। ਨਹੀਂ ਇਸ ਤਰ੍ਹਾਂ ਨਹੀਂ ਕਰਦੇ, ਕਿਉਂਕਿ ਉਹ ਹਾਂ ਏਜੰਟ ਤੇ ਦੱਸਦਾ ਹੀ ਨਹੀਂ ਹੈਗਾ, ਅਸੀਂ ਤਾਂ ਕਹਿੰਦੇ ਹਾਂ ਤੂੰ ਪੜ੍ਹ ਕੇ ਤੇਰੇ ਅਸੀਂ ਡਾਕੂਮੈਂਟ ਤੁਸੀਂ ਤੈਨੂੰ ਅਸੀਂ ਕਰਾਂਗੇ, ਤੂੰ ਉਸ ਕੰਪਨੀ ਨਾਲ ਕੰਮ ਕਰ ਜਿਹੜੀਆਂ ਕੰਪਨੀਆਂ ਲੁਧਿਆਣੇ ਦੀਆਂ ਇੰਟਰਸਟਿਡ ਹੈਗੀਆਂ ਬਿਜ਼ਨਸ ਕਰਨ ਨੂੰ ਔਰ ਕਰ ਰਹੀਆਂ ਸਾਊਥ ਅਮਰੀਕਾ 'ਚ, ਜਦੋਂ ਤੈਨੂੰ ਲੈਂਗੁਏਜ ਆਏਗੀ ਤੈਨੂੰ ਅਸੀਂ ਐਡਰੈਸ ਦਿਆਂਗੇ, ਤੁਸੀਂ ਉਹਨਾਂ ਕੋਲ ਚਲਾ ਜਾ ਜੀ ਮੈਨੂੰ ਲੈਂਗੁਏਜ ਆਉਂਦੀ ਹੈ, ਪਰ ਤੁਹਾਨੂੰ ਮਿਹਨਤ ਕਰਨੀ ਪਏਗੀ, ਲੈਂਗੁਏਜ ਆ ਕੇ ਤੁਹਾਨੂੰ ਕਿਸੇ ਏਜੰਟ ਦੀ ਜ਼ਰੂਰਤ ਕੋਈ ਨਹੀਂ, ਜਦੋਂ ਤੁਸੀਂ ਉਹਨਾਂ ਦੀ ਕੰਪਨੀ ਦੀ ਸੇਲ ਕਰਵਾ ਰਹੇ ਹੋ ਉਹਨਾਂ ਨੂੰ ਸਪੈਨਿਸ਼ ਨਹੀਂ ਆਉਂਦੀ, ਤੁਹਾਨੂੰ ਆਉਂਦੀ ਹੈ, ਉਹ ਕਹਿਣਗੇ ਸਿੰਘ ਸਾਹਿਬ ਇੱਧਰ ਆਓ ਤੇ ਤੁਸੀਂ ਸਾਡੇ ਵਾਸਤੇ ਕੰਮ ਕਰੋ, ਅਸੀਂ ਤੁਹਾਨੂੰ ਟਿਕਟ ਵੀ ਲੈ ਕੇ ਦੇਣੇ ਆ ਤੇ ਵੀਜ਼ਾ ਵੀ ਲਵਾ ਕੇ ਦੇਣੇ ਆ। ਮਤਲਬ ਲੋੜ ਹੈਗੀ ਆ, ਲੋਕਾਂ ਦੀ ਲੋੜ ਹੈਗੀ ਆ, ਲੇਕਿਨ ਲੋਕੀ ਐਂ ਮਤਲਬ ਗਲਤ ਰਸਤੇ ਚੱਲ ਰਹੇ ਆ। ਨਹੀਂ ਸਾਡੇ ਜਿਹੜੇ ਬੰਦੇ, ਮੈਂ ਪੰਜਾਬ ਗਿਆ ਵੀਰ ਜੀ ਤੁਹਾਨੂੰ ਮੈਂ ਦੱਸਦਾ ਹਾਂ, ਤੇ ਮੈਂ ਦੇਖਿਆ ਵੀ ਇਹ ਭੱਜਦੇ ਕਿਉਂ ਆ, ਕਿਉਂਕਿ ਦਿੱਲੀ ਵਾਲੇ ਬੰਦੇ ਨਾ, ਮੈਂ ਐਕਸਪੀਰੀਅੰਸ ਕੀਤਾ, ਮੈਂ 2005 'ਚ ਇੰਡੀਆ ਗਿਆ ਸੀ, ਠੀਕ ਹੈ, ਮੈਂ ਸਾਰੇ ਇਹ ਜਿਹੜੇ ਆਈਲੈਟਸ ਕਰਾਉਂਦੇ ਆ ਹਾਂ, ਤੇ ਮੈਂ ਸਾਰੇ ਸਰਵੇ ਕੀਤਾ ਕਿ ਇਹ ਮੈਂ ਤਾਂ ਦੇਖਾਂ, ਮੇਰੀ ਮਿਸਿਸ ਕਹਿੰਦੀ ਹੈ ਇਹ ਇਹਨਾਂ ਦਾ ਕੁਝ ਕਰੋ, ਅਸੀਂ ਇੰਡੀਆ ਗਏ ਕਿਉਂਕਿ ਬੱਚੇ ਜਦੋਂ ਵੱਡੇ ਹੋਏ ਤੇ ਮੈਂ ਕਿਹਾ ਇਹਨਾਂ ਨੂੰ ਲੈਂਗੁਏਜ ਸਿਖਾਓ, ਉਹਨਾਂ ਨੂੰ ਮੈਂ 5 ਸਾਲ ਉੱਥੇ ਰੱਖਿਆ ਦਿੱਲੀ 'ਚ, ਅੱਛਾ, ਵੀ ਇਹ ਗੁਰਦੁਆਰੇ ਜਾਣ ਇਹਨਾਂ ਨੂੰ, ਇਹ ਮੈਂ ਕਿਹਾ ਬੂਟੇ ਤੇ ਇੱਥੇ ਲੱਗ ਗਏ ਆ, ਪਰ ਇਹ ਆਪਣੇ ਕਲਚਰ ਨਾਲ ਜੋੜਨਾ ਇਹਨਾਂ ਨੂੰ, ਠੀਕ ਹੈ, ਇਹਨਾਂ ਨੂੰ ਪਤਾ ਨਹੀਂ ਲੱਗਣਾ ਪੈਰ ਕਿਤਨਾ ਛੂਹਣੇ ਆ, ਗੁਰਦੁਆਰੇ ਮੱਥਾ ਕਿਤਨਾ ਟੇਕਣਾ ਹੈ, ਹੁਣ ਹਾਂਜੀ ਅਗਰ ਬੂਟ ਇਹਨਾਂ ਨੂੰ ਓਰੀਜਿਨ ਨਾਲ ਜੋੜੋ, ਠੀਕ ਹੈ। ਤੇ ਸਿੰਘਣੀ ਨੇ ਕਿਹਾ ਸੀ ਕਿ ਦੇਖੋ ਅਗਰ ਇਹ ਮੈਂ ਤੈਨੂੰ ਪ੍ਰੋਮਿਸ ਕੀਤਾ ਕਿ ਇਹਦੇ ਵਾਲ ਨਹੀਂ ਲਾਵਾਂਗੀ, ਜੇ ਇੱਥੇ ਰਹੇਗਾ ਬੇਟਾ ਤੇ ਵਾਲ ਲਾ ਦੇਗਾ ਫਿਰ ਤੂੰ ਮੈਨੂੰ ਨਾ ਕਹੀਂ, ਹਾਂ ਠੀਕ ਹੈ, ਔਰ ਅਗਰ ਤੂੰ ਇਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਤੇ ਇੰਡੀਆ ਚੱਲਦੇ ਆ, ਠੀਕ ਹੈ। ਤੇ ਫਿਰ ਉਸ ਟਾਈਮ 'ਚ ਕੁਝ ਦਿੱਕਤਾਂ ਆ ਗਈਆਂ ਇਹਦੀਆਂ, ਸਕੂਲ ਦੀਆਂ ਪ੍ਰੋਬਲਮਸ, ਮੈਨੂੰ ਮੈਂ ਜੋਬ ਕਰਦਾ ਸੀ, ਉਹਨਾਂ ਕਿਹਾ ਜੀ ਪੱਗ ਲਾਓ, ਤੇ ਮਿਸਿਸ ਕਹਿੰਦੀ ਵੀ ਇਹ ਬੱਚੇ ਛੋਟੇ ਆ, ਗਿੱਲੀ ਮਿੱਟੀ ਆ, ਭਾਵੇਂ ਤੇ ਘੜਾ ਬਣਾ ਲਈ ਤੇ ਭਾਵੇਂ ਇਹਦੀ ਬਣਾ ਲਈ ਕਟੋਰੀ, ਠੀਕ ਹੈ, ਤੇ ਉੱਥੇ ਲੈ ਕੇ ਚੱਲੋ। ਪਰ ਹੁਣ ਇਹਦਾ ਓਰਿਜਿਨ ਜਿਹੜੀ ਉਸ ਕੈਥੋਲਿਕ ਹੈ, ਓਕੇ, ਤੇ ਅਗਰ ਮੈਂ ਉਹਦੇ ਧਰਮ ਨੂੰ ਡਿਸਟਰਬ ਨਹੀਂ ਕੀਤਾ ਤੇ ਉਹ ਕਹਿੰਦੀ ਆ ਵੀ ਠੀਕ ਹੈ, ਅਸੀਂ ਧੱਕੇ ਨਾ ਉਹਦੇ ਧਰਮ ਨੂੰ ਡਿਸਟਰਬ ਨਹੀਂ ਕਰਨਾ, ਤੇ ਉਹਦੇ ਵਿੱਚ ਉਹ ਵੀ ਤੁਹਾਡੀ ਰਿਸਪੈਕਟ ਕਰੇਗਾ, ਠੀਕ ਹੈ। ਤੇ ਇਸ ਕਰਕੇ ਮਤਲਬ ਹੈ ਕਿ ਤੁਸੀਂ ਅਗਰ ਪ੍ਰਪੇਅਰ ਹੋ ਗਏ, ਮੈਂ ਜੋ ਤੁਹਾਨੂੰ ਗੱਲ ਕਰ ਰਿਹਾ, ਏਜੰਟ ਨੂੰ ਤਾਂ ਪਤਾ ਹੀ ਨਹੀਂ ਹੈਗਾ, ਏਜੰਟ ਪੈਸੇ ਲੈ ਕੇ ਕਰ ਦਿੰਦਾ, ਮੈਂ ਉਹਨੂੰ ਇਹਨਾਂ ਬੁੱਚਿਆਂ ਨੂੰ ਇਹ ਕਹਿੰਦਾ ਭਾਈ ਉੱਥੇ ਹੀ ਰਹੋ ਆ ਪੜ੍ਹ ਲਓ, ਤੁਹਾਨੂੰ ਠੀਕ ਹੈ, ਕੰਪਨੀ ਵਾਲਾ ਬੰਦਾ ਕਹੇਗਾ ਜੀ ਮੇਰਾ, ਮੈਂ ਤੁਹਾਡਾ ਵੀ, ਉਹਨਾਂ ਨੂੰ ਉਹਨੇ ਟੈਕਸ ਭਰੇ ਹੁੰਦੇ ਕੰਪਨੀ ਵਾਲਿਆਂ ਨੇ, ਉਹਨੂੰ ਨੀਡ ਹੈ, ਤੁਸੀਂ ਅਗਲੇ ਦੀ ਜ਼ਰੂਰਤ ਬਣ ਜਾਓ ਫਿਰ ਤੁਹਾਡੇ ਲਾਗੇ ਕੋਈ ਆਏਗਾ, ਤੁਹਾਡੀ ਪੱਗ ਦੀ ਉਹ ਪੂਣੀ ਵੀ ਕਰਾਉਣਗੇ, ਮਤਲਬ ਤਰੀਕਾ ਵਰਤਣਾ ਪਊਗਾ ਤੁਹਾਨੂੰ। ਹਾਂਜੀ, ਤੇ ਤੁਹਾਨੂੰ ਜੋ ਕਹਿੰਦਾ ਜੀ ਸਿੰਘ ਪਿੱਛੇ ਲਾ ਦਿਓ, ਉਸ ਏਜੰਟ ਕਹਿ ਰਿਹਾ ਜੀ ਤੁਹਾਡੇ ਤੇ ਵਾਲ ਨਾਲ ਵੀਜ਼ਾ ਨਹੀਂ ਲੱਗ, ਮੈਂ ਚੈਲੇਂਜ ਨਾ ਕਹਿੰਦਾ ਲੈਂਗੁਏਜ ਸਿੱਖ ਕੇ ਗਤਰਾ ਪਾ ਕੇ ਬਾਹਰ ਆਓ, ਵੀਜ਼ਾ ਲੱਗੇਗਾ, ਅੰਬੈਸੀ ਨੂੰ ਕੋਈ ਦਿੱਕਤ ਨਹੀਂ ਹੈਗੀ, ਕੋਈ ਦਿੱਕਤ ਨਹੀਂ। ਉਹ ਲੋਕੀ ਜਿੱਦਾਂ ਬਹਾਨੇਬਾਜ਼ੀਆਂ ਕਰਦੇ, ਚਲੋ ਆਪਾਂ ਇਹ ਗੱਲ ਇਹ ਤਾਂ ਕੀਤੀ ਹੈਗੀ ਆ ਵੀ ਜਿਹੜੇ ਲੋਕਾਂ ਨੂੰ ਜਿੱਦਾਂ ਆਪਾਂ ਆਰਥਿਕ ਤੌਰ ਤੇ ਜਾਂ ਮਤਲਬ ਜਿਹੜੀਆਂ ਚੀਜ਼ਾਂ ਉਹ ਪ੍ਰਾਪਤ ਕਰ ਸਕਦੇ ਆ। ਹੁਣ ਆਪਾਂ ਤੁਹਾਡਾ ਮਿਸ਼ਨ ਕੀ ਆ, ਤੁਸੀਂ ਕਿਹਾ ਵੀ ਮੈਂ ਗੁਰੂ ਅੱਗੇ ਅਰਦਾਸ ਕੀਤੀ ਸੀ ਕਿ ਮੈਂ ਗੁਰੂ ਦਾ ਡਾਕੀਆ ਬਣ ਜਾਵਾਂ, ਡਾਕੀਆ ਬਣ ਕੇ ਤੁਸੀਂ ਕਰਨਾ ਕੀ ਚਾਹੁੰਦੇ ਆ ਜਾਂ ਕੀ ਕਰ ਰਹੇ ਆ? ਡਾਕੀਆ ਸ਼ੁਰੂ ਤੋਂ ਹੀ ਮੈਂ ਨਾ ਮੈਂ ਇੱਧਰ ਨਹੀਂ ਆਇਆ, ਮੈਨੂੰ ਭੇਜਿਆ ਗੁਰੂ ਨਾਨਕ ਪਾਤਸ਼ਾਹ ਨੇ। ਅੱਛਾ ਜੀ, ਤੇ ਜੇ ਮੈਨੂੰ ਜਿਹੜੀ ਸਿੰਘਣੀ ਦਿੱਤੀ ਹੈ, ਮੇਰੇ ਬੱਚੇ ਜੋ ਕੁਝ ਵੀ ਹੈ, ਮੇਰੇ ਸਾਥੀ ਆ, ਮੇਰੇ ਨਹੀਂ ਹੈਗੇ, ਇਹ ਮੈਨੂੰ ਗੁਰਸਾਹਿਬ ਨੇ ਦਿੱਤੇ ਆ, ਇਸੇ ਕਰਕੇ ਮੈਂ ਕਾਸਾ ਗੁਰੂ, ਕਾਸਾ ਜਿਹੜਾ ਸਪੈਨਿਸ਼ ਹੁੰਦਾ ਘਰ, ਅੱਛਾ, ਕਾਸਾ ਗੁਰੂ ਨਾਨਕ, ਤੁਸੀਂ ਮੇਰੇ ਬਰੋਸੋ ਦੇਖੋਗੇ, ਮੈਂ ਤੁਹਾਨੂੰ ਭੇਜੇ ਵੀ ਹੋਰ ਵੀ ਭੇਜਾਂਗਾ, ਹਾਂਜੀ, ਉਹਦੇ ਵਿੱਚ ਕਾਸਾ ਗੁਰੂ ਨਾਨਕ ਸਿੱਖ ਸਿਮਰਨ ਸੇਵਾ ਕਰਤਾਰਪੁਰ ਪੇਰੂ ਸਾਊਥ ਅਮਰੀਕਾ। ਅੱਛਾ ਜੀ, ਇਹ ਕਰਤਾਰਪੁਰ ਦਾ ਏਰੀਆ ਕਿੰਨਾ ਹੈਗਾ, ਮੈਕਸੀਕੋ ਤੋਂ ਲੈ ਕੇ ਚਿੱਲੀ ਏਰੀਆ ਹੈ, ਪਨਾਮਾ ਤੋਂ ਲੈ ਕੇ ਸੈਂਟਰ ਅਮੈਰੀਕਾ, ਇਹ ਸਾਰਾ ਏਰੀਆ 22 ਕੰਟਰੀ ਨੇ। ਅੱਛਾ ਜੀ, ਇਹ ਕਰਤਾਰਪੁਰ ਹੈ। ਅੱਛਾ, ਤੁਸੀਂ ਇਹਦਾ ਨਾਂ ਰੱਖਿਆ? ਹਾਂਜੀ, ਇਹਦਾ ਨਾਂ ਰੱਖਿਆ ਕਿਉਂਕਿ ਇੱਥੇ ਵ੍ਰਿੰਦਾਵਨ ਜਿਹੜੇ ਗੀਤਾ ਦਾ, ਇੱਥੇ ਕੁਝ ਹਿੰਦੂ ਲੋਕ ਨੇ ਜਿਨ੍ਹਾਂ ਨੇ ਹਿੰਦੂਇਜ਼ਮ ਨੂੰ ਅਡੋਪਟ ਕੀਤਾ ਹੈ, ਉਹ ਹੈ ਤੇ ਲੈਟਿਨ ਅਮੈਰੀਕਨ ਨੇ, ਉਹਨਾਂ ਨੇ ਜ਼ਮੀਨ ਲੈ ਕੇ ਤੇ ਗਾਵਾਂ ਰੱਖੀਆਂ ਨੇ ਸਿਟੀ ਤੋਂ ਕੋਈ 60 ਕਿਲੋਮੀਟਰ ਦੂਰ, ਉਹਨਾਂ ਰੱਖਿਆ ਵ੍ਰਿੰਦਾਵਨ। ਅੱਛਾ ਜੀ, ਤੇ ਉਹ ਮੈਂ ਇੱਕ ਵਾਰੀ ਗਿਆ ਸੀ ਇਕਵਾਡੋਰ, ਤੇ ਦੇਖਿਆ ਮੈਂ ਦੂਰੋਂ ਮੰਦਰ ਇਕਵਾਡੋਰ, ਤੇ ਮੈਂ ਮੇਰੇ ਮਨ ਚ ਆਇਆ
कि मैं गुरु नानक पातशाह का मैसेज दे रहे हैं और गुरु नानक साहब ने मैसेज दिता सी करतारपुर तो, अगर ये बिंद्राबन रख सकते तो मैं क्यों नहीं रख सकता करतारपुर। अच्छा फिर तुसी फिर ना ये रजिस्टर्ड कराया इत्थे जां किवें आ? नहीं डाकूमेंट मैं दिते हुए ने, असीं प्रचार ते इहदे बैनर थले कर रहे हैं, पर सानू ए ब्लॉक थोड़ा ए खुलदा है ते सानू अर्जी रजिस्टर्ड करवा लांगे इहनू। अच्छा जी, ते जिन्ने ब्रोशर्स हैगे आ असीं करतारपुर पेरू साउथ अमेरिका तो असीं इहनू तो मैसेज देने आ। हुण मैं इत्थे गया सी पनामा, नहीं वो ते मैं देखिया तुहाडे जिहड़े ब्रोशर देखे आ ते लिखिया आ, तुसीं मैसेज वी भेजिया। मैं गल करदा कि इन्ना बड़ा जिहड़ा मिशन आ उहनू रजिस्टर्ड वी करवाउणा चाहीदा कि नहीं, कल नू जिद्दां अज तुसी आ ये ना चलता है फिर कल जो चलता रखना ना तो वो प्लानिंग तो पहला चाहिए है। हाँ जी, गल इस तरह कि असी जी भी एक्टिविटी जो भी होंगी ना इतने हूँ इकला होने के नाते थोड़ा किरदार लंगर असं लाने जिसे कोई प्रॉब्लम होंगी, पिछले इतने हड़ा आए थे असं उतों जिन्हें भी थोड़े अर्गे सज्जन मित्रों को कुछ कोई इकला बंदा इन्हें काम नहीं कर सकता, थोड़ी सपोर्ट करते हैं ब्रोशर की लंगर की, असं उसे लंगर लाता जिसे दिक्कत होंगी असं उसे पहुँच जाने तो नाल असी लंगर के अलावा असं ब्रोशर का लंगर भेजते हैं। जिदा हम तुम कहने कले इतने फिर थोड़ी कौन मदद करता, कौन थोड़े हेल्प करा, कि लोग है जेडे मतलब थोड़े जुड़े हुए हैं? जी सिख जी ट्रांसलेशन का काम है वह तो असं चारे बंदे कर लें क्योंकि साढ़े को लैंग्वेज की कोई दिक्कत नहीं सानू। अच्छा जी, मतलब प्रिंट, हाँ प्रिंट करने हैं, बाकी मैं इन्हों कॉन्सैप्ट दसना पैदा है। मैंने लैंगुएज मैं पढ़ी है, हम मिसेज मैं कौन हूँ देखो अगर तुम ट्रांसलेट करना ना नाम न, अगर तू नाम नू ट्रांसलेट करना साडे वास्ते नाम वो नाम है परमात्मा दा, वो एनर्जी है, इन्हां वास्ते नेम है, ते इन्हां नू समझाण पैणा पैंदा भी नेम कि हुण प्रथम भगौती सिमर के दी ट्रांसलेशन जिहड़ी है इन्हां नू मैं कॉन्सैप्ट देना है। ठीक, फिर वो डिक्शनरी चो लभ के कि मतलब गोरियां नू किन्ना मटीरियल देना यह जरूरी है, भी तुहाडा ऑडियंस कहड़ा, तुहानू सुणन वाला कहड़ा। ठीक है, तो उस हिसाब नाल ये मेरे लिटरेचर का, फिर साढ़े को स्टूडेंट ने असीं जिहड़े बच्चियां नूं जिहड़े बच्चे यूनिवर्सिटियां च जांदे ने जिन्हां को ब्रेकफास्ट नहीं करके जांदे पिंडां तों आउंदे ने, असीं उन्हां नूं ब्रेकफास्ट लैके जांदे आ। अच्छा जी, अच्छा उन्हां नूं ब्रोशर भी देने आ, उह फिर बच्चे जदों सानूं जरूरत पैंदी है कितें लंगर लाउणा, हुण साडे कोल गुरद्वारा साहिब नहीं है, असीं टंट रख्या वड्डा टंट है, ते असीं उन्हां नूं मूल मंत्र दा सब ट्रांसलेशन मैडिटेशन वाहिगुरू दा जाप करो, ਇਹ ਸਾਡੇ ਕੋਲ ਸਟੂਡੈਂਟ ਹੈ ਜਿਹੜੇ 25-30 ਸਟੂਡੈਂਟ ਹੈ ਜਿਹੜੇ ਸਾਡੇ ਨਾਲ ਜਦੋਂ ਜ਼ਰੂਰਤ ਹੁੰਦੀ ਲੰਗਰ ਦੀ ਤੇ ਉਹ ਨਾਲ ਸਾਡੇ ਚੱਲ ਪੈਂਦੇ ਆ। ਠੀਕ ਹੈ ਜੀ, ਤੇ ਜਿਹੜਾ ਤੁਸੀਂ ਜਿੱਦਾਂ ਮਿਸ਼ਨ ਲੈ ਕੇ ਤੁਰੇ ਆ 25-30 ਜਾਂ ਕਦੋਂ ਤੋਂ ਇਹ ਬਰੋਸ਼ਰ ਬਣ ਰਹੇ ਆ, ਕਦੋਂ ਤੋਂ ਲੋਕਾਂ ਨੂੰ ਲਾਮਬੰਦ ਕਰ ਰਹੇ ਆ, ਕਦੋਂ ਤੋਂ ਇਹ ਜਿਹੜੀ ਸਿੱਖਿਆ ਦੇ ਰਹੇ ਆ ਸਪੈਨਿਸ਼ ਭਾਸ਼ਾ ਦੇ ਵਿੱਚ, ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਇਹ ਤੇ ਜੀ ਮੈਂ ਜਦੋਂ ਤੋਂ ਈਵਨ ਇੰਡੀਆ ਤੋਂ ਵੀ ਜਦੋਂ ਮੈਂ ਸਪੇਨ ਆਇਆ ਤਾਂ ਵੀ ਉਹ ਗੁਰਦੁਆਰੇ ਸਾਹਿਬ 'ਚ ਸਾਰਿਆਂ 'ਚ ਮੈਂ ਜਿੱਥੇ ਵੀ ਗਿਆ ਬਾਰਸਲੋਨਾ 'ਚ ਉੱਥੇ ਵੀ ਬਰੋਸ਼ਰ ਨਾਲ ਰੱਖੇ ਮੈਂ, ਕਿ ਮੈਨੂੰ ਇਹ ਮੇਰਾ ਇਹ ਗੱਲ 'ਚ ਸੀ ਮੈਨੂੰ ਇਹ ਬਿਨ ਲਾਦਨ ਕਿਉਂ ਕਹਿ ਰਹੇ ਆ, ਇਹ ਇਹਨਾਂ ਦੀ ਕਮਜ਼ੋਰੀ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਅੱਛਾ ਜੀ, ਮੈਂ ਕਿਹਾ ਇਹ ਮੇਰੀ ਕਮਜ਼ੋਰੀ ਹੈ, ਮੈਂ ਜਿੱਧਰ ਵੀ ਜਾਣਾ ਹੁਣ ਮੈਂ ਟ੍ਰੇਨ 'ਚ ਜਾਵਾਂ, ਹੁਣ ਮੈਂ ਟਰੈਵਲ ਏਜੰਸੀ 'ਚ ਕੰਮ ਕਰਦਾ ਵੀਰ ਜੀ, ਮਹਾਰਾਜ ਨੇ ਜੇ ਮੈਨੂੰ ਇਹ ਮਿਸ਼ਨ ਦਿੱਤਾ ਹੈ ਨਾ ਤਾਂ ਮੈਂ ਇਕੱਲਾ ਨਹੀਂ ਹੈਗਾ, ਦਸਾਂ ਗੁਰੂਆਂ ਦੀ ਅਤੇ ਗੁਰੂ ਗ੍ਰੰਥ ਦੀ ਸੋਚ ਮੇਰੇ ਨਾਲ ਹੈ, ਉਹਦੇ ਨਾਲ ਹੈ, ਤੇ ਉਹਦੇ ਵਿੱਚ ਕਿ ਮੈਂ ਹਮੇਸ਼ਾ ਮੇਰੇ ਕੋਲ ਟ੍ਰੇਨਾਂ 'ਚ ਫਲਾਈਟਾਂ 'ਚ, ਹੁਣ ਮੈਂ ਏਅਰਲਾਈਨ 'ਚ ਜਿਹੜੇ ਟ੍ਰੈਵਲ ਏਜੰਸੀ 'ਚ ਕੰਮ ਕਰਦਾ ਸਾਰੇ ਮੈਨੂੰ ਪਾਇਲਟ ਮੈਨੂੰ ਏਅਰ ਹੋਸਟ ਸਾਰੇ ਮੈਨੂੰ ਜਾਣਦੇ ਆ, ਤੇ ਜੇ ਮੈਂ ਉਹਨੂੰ ਕਹਾਂ ਵੀ ਦੇਖੋ ਜੀ ਇਹ ਮੇਰਾ ਮੈਨੂੰ ਬਿਨ ਲਾਦਨ ਸਮਝ ਰਹੇ ਆ, ਮੈਨੂੰ ਮਾਈਕ ਪਕੜਾ ਚੱਲਦੀ ਫਲਾਈਟ 'ਚ ਮੈਂ ਉਹਨੂੰ ਬੋਲੀਵੀਆ ਗਿਆ ਸੀ ਪਿੱਛੇ ਜੇ, ਤੇ ਉਹਦੇ 'ਚ ਮੈਂ ਪ੍ਰਚਾਰ ਕੀਤਾ, ਉਹ ਕਹਿੰਦੇ ਅਸੀਂ ਬਰੋਸ਼ਰ ਰੱਖ, ਫਿਰ ਲੋਕ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਸੂਰ ਇਹਨਾਂ ਦਾ ਨਹੀਂ ਹੈਗਾ ਸਾਨੂੰ ਬਿਨ ਲਾਦਨ ਕਹਿ ਰਿਹਾ, ਇਸ ਕਰਕੇ ਸਾਰੇ ਏਰੀਆ 'ਚ ਮੈਂ ਕਰ ਰਿਹਾ। ਔਰ ਅਸੀਂ ਪਨਾਮਾ, ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਪਨਾਮਾ 'ਚ ਅੱਜ ਤੋਂ 100 ਸਾਲ ਪਹਿਲਾਂ ਕੁਝ ਪੰਜਾਬੀ ਲੋਕ ਆਏ ਸੀ ਕਨਾਲ ਬਣਾਉਣ ਵਾਸਤੇ, 100 ਸਾਲ ਪਹਿਲਾਂ? ਹਾਂਜੀ, ਉਸ ਸਾਲ ਦੇ ਪਹਿਲਾਂ ਇੰਨੇ ਕਰੀਬ ਪਹਿਲਾਂ, ਔਰ ਉਹ ਉੱਥੇ ਲੋਕ ਆ ਕੇ ਸੈੱਟ ਹੋ ਗਏ। ਅੱਛਾ ਜੀ, ਜਦੋਂ ਹੁਣ ਤੁਸੀਂ ਪਿੱਛੋਂ ਤੁਹਾਡੀ ਫੋਰਸ ਨਾ ਹੋਵੇ ਵੀ ਤੁਸੀਂ ਸਿੱਖ ਤੋਂ ਸਿੱਖੀ ਤੋਂ ਪਤਿਤ ਨਹੀਂ ਹੋਣਾ, ਸਾਡੀ ਤੇ ਮਾਂ ਨੇ ਕਹਿਤਾ ਸੀ ਪਤ ਪਤਿਤ ਨਾ ਹੋ ਜੀ, ਫਿਰ ਮੈਂ ਪੜ੍ਹਨ ਆਇਆ ਸੀ ਬਹੁਤ, ਪਰ ਬੰਦੇ ਰੋਜੀ ਰੋਟੀ ਤੋਂ ਹੀ ਉਸ ਟਾਈਮ ਆਏ, ਉਹਨਾਂ ਨੂੰ ਜੋ ਕੁਝ ਮਿਲਿਆ ਉਹਨਾਂ ਨੇ ਕੀਤਾ, ਉਹਨਾਂ ਦੀ ਇਨਵਾਇਰਮੈਂਟ ਐਸੀ ਸੀ ਕਿ ਉਹ ਨਾ ਤਾਂ ਪੱਗ ਮੈਂਟੇਨ ਕਰ ਸਕੇ ਨਾ ਕਲਚਰ ਮੈਂਟੇਨ ਕਰ ਸਕਦੇ, ਖੇਤਾਂ 'ਚ ਕੰਮ ਕਰਨਾ ਹੈ, ਉਹਨਾਂ ਦੀਆਂ ਦਿੱਕਤਾਂ ਡਿਫਰੈਂਟ ਸੀ, ਮੇਰੀ ਦਿੱਕਤ ਡਿਫਰੈਂਟ ਸੀ। ਅੱਛਾ ਅੱਛਾ, ਉਹ ਲੋਕ ਹੋ ਗਿਆ ਕਿ ਉਹਨਾਂ ਨੂੰ ਜਦੋਂ ਲੋਕਲ ਡਾਕੂਮੈਂਟ ਬਣਾਉਣ ਵਾਸਤੇ ਲੋਕਲ ਸ਼ਾਦੀਆਂ ਕਰ ਲਈਆਂ ਅਤੇ ਉਹ ਕ੍ਰਿਸ਼ਚਨ ਹੋ ਗਏ ਨੇ। ਅੱਛਾ ਜੀ, ਕ੍ਰਿਸ਼ਚਨ ਉਹ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਜਿਹੜੇ ਲੋਕਲ ਲੋਕ ਨੇ ਪਨਾਮਾ ਦੇ ਉਹ ਕਹਿੰਦੇ ਹਿੰਦੂ, ਉਹ ਹਿੰਦੂ ਹੈ ਨਹੀਂ, ਪਰ ਉਹਨਾਂ ਦੇ ਨਾਂ ਜ਼ਰੂਰ ਸਿੰਘ ਹੈ, ਅੱਜ ਵੀ ਹੈਗੇ ਆ। ਹਾਂਜੀ, ਅੱਜ ਵੀ ਲੋਇਸ ਸਿੰਘ, ਅਲਬੇਰਟੋ ਸਿੰਘ। ਹੁਣ ਜਦੋਂ ਮੈਂ ਦੇਖਿਆ ਵੀ ਮੈਂ ਇਕੱਲਾ ਆ, ਕਿਉਂ ਨਾ ਇੱਕ ਨੈਟਵਰਕ ਤਿਆਰ ਕੀਤਾ ਜਾਵੇ ਜਿੱਥੇ ਸਿੰਘਾਂ ਨੂੰ ਲੱਭੋ। ਅੱਛਾ ਜੀ,
ਤੇ ਮੈਂ 1 ਸਾਲ ਪਹਿਲਾਂ ਮੈਂ ਪਨਾਮਾ ਗਿਆ ਤੇ ਪਨਾਮਾ ਜਾ ਕੇ ਮੈਂ ਪਹਿਲਾਂ ਨੈਟ ਤੇ ਸਾਰਾ ਕੁਝ ਦੇਖਿਆ ਤੇ ਉਹ ਮੈਂ ਉਹਨਾਂ ਲੋਕਾਂ ਨੂੰ ਲੱਭਿਆ ਹੁਣ 1500 2000 ਬੰਦੇ ਮੇਰੇ ਨਾਲ ਹੈ ਮੇਰੇ ਟੱਚ 'ਚ ਹੈ ਠੀਕ ਹੈ ਜਿਹੜੇ ਕ੍ਰਿਸਚੀਅਨ ਹੋ ਚੁੱਕੇ ਆ ਪਰ ਉਹਨਾਂ ਨੂੰ ਨੀਡ ਹੈ ਉਹਨਾਂ ਨੂੰ ਲਿਟਰੇਚਰ ਲੈਂਗੁਏਜ ਉਹਨਾਂ ਦੀ ਸਪੈਨਿਸ਼ ਹੈ ਅੱਛਾ ਜੀ ਤੇ ਮੈਂ ਸੋਚ ਰਿਹਾ ਕਿ ਪਨਾਮਾ ਤੋਂ ਇੱਕ ਇੱਕ ਲਾਇਬ੍ਰੇਰੀ ਖੋਲ੍ਹੀ ਜਾਵੇ ਅਸੀਂ ਇੱਕ ਲਾਇਬ੍ਰੇਰੀ ਇੱਥੇ ਵੀ ਸਪੈਨਿਸ਼ ਲੈਂਗੁਏਜ ਬਣਾਉਣੀ ਹੈ ਉਹ ਸਾਡੇ ਜਿਹੜੇ ਤੁਸੀਂ ਦੱਸਿਆ ਵੀ 20 22 ਮੁਲਕ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਉਹਨਾਂ ਸਾਰਿਆਂ ਦੀ ਭਾਸ਼ਾ ਸਪੈਨਿਸ਼ ਹੀ ਹੈ ਹਾਂਜੀ ਉਹਨਾਂ ਦੀ ਸਪੈਨਿਸ਼ ਹੈ ਹੁਣ ਮੈਂ ਬੋਲੀਵੀਆ ਵੀਰ ਜੀ ਹੁਣ ਮੈਂ ਉੱਥੇ ਸਾਡਾ ਪਲੈਨਿੰਗ ਚੱਲ ਰਹੀ ਹੈ ਅਸੀਂ ਲਾਇਬ੍ਰੇਰੀ ਇੱਥੇ ਖੋਲਾਂਗੇ ਕਿ ਹਾਂ ਲੋਕਾਂ ਨੂੰ ਲਿਟਰੇਚਰ ਪਤਾ ਲੱਗੇ ਤੁਹਾਨੂੰ ਪਤਾ ਗੁਰੂ ਸਾਹਿਬ ਨੇ ਸਾਨੂੰ ਸਿੱਖ ਅਸੀਂ ਉਹਦਾ ਮਜ਼ਹਬ ਨਹੀਂ ਚੇਂਜ ਕਰਨਾ ਪਰ ਉਹ ਹਾਂ ਲੋਕ ਨਾ ਸਿੰਘ ਸਾਹਿਬ ਉਹ ਤਰਸ ਰਹੇ ਨੇ ਕਿ ਸਾਨੂੰ ਕਿਸੇ ਔਰਿਜਨ ਨਾਲ ਜੋੜੇ ਠੀਕ ਹੈ ਸਾਡੇ ਔਰਿਜਨ ਨਾਲ ਜੋੜੇ ਹੁਣ ਮੈਨੂੰ 70-70 ਸਾਲ ਦੀਆਂ ਬੁੱਢੀਆਂ ਜਿਹੜੀਆਂ ਮੈਨੂੰ ਮਿਲੀਆਂ ਪਿੰਡਾਂ 'ਚ ਗਿਆ ਤੇ ਹਾਂ ਉਹ ਮੈਨੂੰ ਕਹਿੰਦੀਆਂ ਵੀ ਸਾਡੇ ਬਾਪੂ ਹੁਸ਼ਿਆਰਪੁਰ ਤੋਂ ਸੀ ਬੰਤਾ ਸਿੰਘ ਉਹਨਾਂ ਫੋਟੋ ਪਿੱਛੇ ਰੱਖੀ ਹੈ ਅੱਛਾ ਉਹ ਰੋਣ ਲੱਗ ਪਈਆਂ ਫਿਰ ਅਸੀਂ ਉੱਥੇ ਜਾ ਕੇ ਲੰਗਰ ਲਾਤਾ ਤੇ ਮੁੜ ਕੇ ਵਾਪਸ ਗਏ ਹੀ ਨਹੀਂਗੇ ਮਤਲਬ ਜਿੱਥੋਂ ਆਏ ਆ ਇੰਡੀਆ ਜਾਂ ਪੰਜਾਬ ਗਏ ਹੀ ਨਹੀਂ ਵਾਪਸ ਉਹ ਜਾ ਨਹੀਂ ਸਕੇ ਉਹਨਾਂ ਦੀ ਸਭ ਕੁਝ ਕੱਟ ਆਫ ਹੋ ਗਿਆ ਪਿੱਛੇ ਕਨੈਕਸ਼ਨ ਨਹੀਂ ਹੋ ਗਿਆ ਸ਼ਾਦੀਆਂ ਹੋ ਗਈਆਂ ਕ੍ਰਿਸਚੀਅਨ ਹੋ ਗਏ ਹਾਂ ਪਰ ਉਹ ਨਾ ਤਾਂ ਹੁਣ ਉਧਰ ਹੈ ਪਰ ਉਹਨਾਂ ਨੂੰ ਇਹ ਮੇਰਾ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਮੈਂ ਹਾਂ ਉਹਨਾਂ ਦੇ ਘਰ ਘਰ ਦੇ ਵਿੱਚ ਮੈਂ ਬਰੋਸ਼ੋ ਦੇਣੇ ਆ ਮੈਂ ਕਾਫੀ ਮੈਂ 5-5 ਹਜ਼ਾਰ ਬਰੋਸ਼ੋ ਲੈ ਗਿਆ ਸੀ ਜਦੋਂ ਮੈਂ ਗਿਆ ਉੱਥੇ ਹਾਂ ਤੇ ਮੈਂ ਵੰਡਤੇ ਉਹਨਾਂ ਨਾਲ ਸਾਰਿਆਂ ਨੂੰ ਠੀਕ ਹੈ ਔਰ ਉਹਨਾਂ 'ਚ ਪ੍ਰੋਫੈਸਰ ਹੈ ਡਾਕਟਰ ਹੈ ਇੰਜੀਨੀਅਰ ਹੈ ਉਹ ਇਹ ਬਹੁਤ ਅੱਧਾ ਇੱਕ ਫਿਰ ਜਿਹੜਾ ਪਨਾਮਾ ਇੱਕ ਬਿਜ਼ਨਸ ਦੇ ਹਿਸਾਬ ਨਾਲ ਲੈਟਿਨ ਅਮਰੀਕਾ ਔਰ ਸੈਂਟਰ ਅਮਰੀਕਾ ਦਾ ਹੱਬ ਹੈ ਤੁਸੀਂ ਮੈਪ 'ਤੇ ਦੇਖੋ ਠੀਕ ਹੈ ਤੇ ਉਸ ਤੋਂ ਮੈਂ ਇੱਕ ਮਿੰਟ ਮੈਂ ਬੋਲੀਵੀਆ ਗਿਆ ਸੀ ਤੇ ਬੋਲੀਵੀਆ ਵੀ ਉੱਥੇ ਹੈਗੇ ਉਹਨਾਂ ਲੋਕਾਂ ਨੂੰ ਵੀ ਟੱਚ ਕਰ ਬ੍ਰਾਜ਼ੀਲ 'ਚ ਵੀ ਹੈਗੇ ਆ ਮੈਂ ਲੱਭ ਰਿਹਾ ਉਹਨਾਂ ਨੂੰ ਔਰ ਫਿਰ ਅੱਛਾ ਮੇਰੇ ਕੋਲ ਸਾਰੀ ਡਿਟੇਲ ਹੈਗੀ ਹੈ ਫਿਰ ਮੈਂ ਬੋਲੀਵੀਆ ਗਿਆ ਬਾਈ ਫਲਾਈਟ ਹਾਂਜੀ ਤੇ ਫਿਰ ਮੈਂ ਸੋਚਿਆ 4,500 ਕਿਲੋਮੀਟਰ ਹੈਗਾ ਠੀਕ ਹੈ ਤੇ ਕਿਉਂ ਨਾ ਆਪਾਂ ਬਾਈ ਰੋਡ ਚਲੇ ਜਾਈਏ ਲਾਜ ਬਰੋਸ਼ੋ ਵੰਡਦੇ ਜਾਵਾਂਗੇ ਅੱਛਾ ਜੀ ਤੇ ਫਿਰ ਮੈਂ ਕੋਈ 3 ਦਿਨ ਲੱਗੇ ਮੈਂ ਰਾਜ ਬਰੋਸ਼ੋ ਵੰਡਦਾ ਗਿਆ ਤੇ ਮਤਲਬ ਸਾਡਾ ਇੱਕ ਬਰੋਸ਼ੋ ਜਦੋਂ ਕਿਸੇ ਬੰਦੇ ਕੋਲ ਜਾਏਗਾ ਸਪੈਨਿਸ਼ ਲੈਂਗੁਏਜ ਉਹ ਇਹਦਾ ਮਤਲਬ ਮੈਂ 25 ਬੰਦਿਆਂ ਨੂੰ ਮੈਸੇਜ ਦੇਤਾ ਉਹ ਘਰ ਜਾ ਕੇ ਦੱਸੂਗਾ ਹਾਂ ਇੱਕ ਤਾਂ ਮੈਂ ਮਹਾਰਾਜ ਦਾ ਰੂਪ ਹੈ ਮੇਰਾ ਫੋਟੋ ਖਿਚਾਉਂਦਾ ਉਹ ਘਰ ਜਾ ਕੇ ਦੱਸਦਾ ਹੈ ਕਿ ਮੈਂ ਇੱਕ ਨੂੰ ਮਿਲਿਆ ਉਹ ਫਿਰ ਬਰੋਸ਼ੋ ਦੱਸ ਇਹਦਾ ਮਤਲਬ ਮੈਂ ਆ ਕੇ ਇੱਕ ਬੰਦੇ ਨੂੰ ਬਰੋਸ਼ੋ ਦੇਤਾ ਮੈਂ 25 ਬੰਦਿਆਂ ਨੂੰ ਪ੍ਰਚਾਰ ਕਰਤਾ ਠੀਕ ਹੈ ਉਹ ਮੈਨੂੰ ਬਿਨ ਲਾਦਰ ਨਹੀਂ ਕਹੇਗਾ ਹੁਣ ਤੁਸੀਂ ਕਿੰਨੇ ਮੈਂ ਇਹ ਪੁੱਛਿਆ ਸੀ ਵੀ ਕਿੰਨੇ ਸਾਲਾਂ ਤੋਂ ਜਿਹੜੇ ਬਰੋਸ਼ਰ ਬਣ ਰਹੇ ਆ ਜਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਤੁਸੀਂ ਕਿਹਾ ਸਪੇਨ ਤੋਂ ਸ਼ੁਰੂ ਹੋਏ ਆ ਪਿਆ ਹੁਣ ਤਾਈਂ ਤੇ ਮੈਂ ਇਹ ਜਾਣਨਾ ਚਾਹੁੰਦਾ ਜਾਂ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿੰਨੇ ਲੋਕਾਂ ਨੂੰ ਤੁਸੀਂ ਨਾਲ ਜੋੜ ਕੇ ਸਪੈਨਿਸ਼ ਭਾਸ਼ਾ ਦੀ ਮਤਲਬ ਜੋ ਗੁਰਮਤ ਦਾ ਜਿਹੜਾ ਉਹਨਾਂ ਨੂੰ ਮੈਸੇਜ ਦਿੱਤਾ ਕਿੰਨੇ ਲੋਕ ਆ ਜਿਹੜੇ ਤੁਹਾਡੇ ਨਾਲ ਜੁੜ ਚੁੱਕੇ ਆ ਜਾਂ ਉਹ ਤੁਹਾਡੇ ਨਾਲ ਜੁੜ ਕੇ ਆਪਣੇ ਸਿੱਖ ਧਰਮ ਦੇ ਵਿੱਚ ਵੀ ਆ ਚੁੱਕੇ ਆ ਜਾਂ ਸਿਰਫ ਵੈਸੇ ਹੀ ਜੁੜੇ ਆ ਉਹ ਮੇਰੇ ਨਾਲ ਜੁੜੇ ਆ ਕੇਸ ਰੱਖ ਲਏ ਉਹਨਾਂ ਨੇ ਯੂਨੀਵਰਸਿਟੀ ਜਿਹੜੀਆਂ 2-3 ਯੂਨੀਵਰਸਿਟੀਆਂ ਦੇ ਬੱਚੇ ਨੇ ਮੈਡੀਕਲ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਅਸੀਂ ਕੰਟੀਨਿਊ ਜਾਣੇ ਆ ਸੈਟਰਡੇ ਸੰਡੇ ਨੂੰ ਜਦੋਂ ਕਿ ਉਹਨਾਂ ਤੋਂ ਇਲਾਵਾ ਵੀ ਸਾਨੂੰ ਲੋਕ ਜਾਣਦੇ ਆ ਤੇ ਜਦੋਂ ਉਹਨਾਂ ਨੂੰ ਬੁਲਾਈਏ ਸਾਡੇ ਕੋਲ ਆਉਂਦੇ ਆ ਤੇ ਸਾਡੇ ਪੂਰੀ ਸਪੇਸ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਬੁਲਾ ਨਹੀਂ ਸਕਦੇ ਗੁਰਦੁਆਰਾ ਸਾਹਿਬ ਨਹੀਂ ਹੈ ਸਾਡੇ ਕੋਲ ਠੀਕ ਹੈ ਤੇ ਅਸੀਂ ਜਿੱਦਾਂ ਪਾਰਕ 'ਚ ਹੀ ਲਾ ਦਿੰਦੇ ਹਾਂ ਸਮੁੰਦਰ ਦੇ ਕਿਨਾਰੇ ਕਿ ਅੱਜ ਉੱਥੇ ਆਪਾਂ ਬੋਲਾਂਗੇ ਅੱਜ ਅੱਜ ਗੁਰੂ ਅੰਗਦ ਸਾਹਿਬ ਬਾਰੇ ਬੋਲਣਾ ਅੱਜ ਗੁਰੂ ਨਾਨਕ ਪਾਤਸ਼ਾਹ ਬਾਰੇ ਬੋਲਣਾ ਹੁਣ ਅਮਰਦਾਸ ਜੀ ਦਾ ਗਿਆ ਹੈ ਤੇ ਅਸੀਂ ਉਹਨਾਂ ਬਾਰੇ ਬੋਲਣੇ ਆ ਫਿਰ ਅਸੀਂ ਪਹਿਲੇ ਗੁਰੂ ਨੇ ਸਾਨੂੰ ਕੀ ਦਿੱਤਾ ਦੂਸਰੇ ਨੇ ਗੁਰੂ ਉਹਨਾਂ ਨੂੰ ਦੱਸਦੇ ਹਾਂ ਠੀਕ ਹੈ ਚਰਚ ਵੀ ਜਾਂਦੇ ਹਾਂ ਫਿਰ ਚਰਚ ਜਦੋਂ ਅਸੀਂ ਜਾਂਦੇ ਹਾਂ ਤੇ ਚਰਚ ਵਾਲੇ ਵੀ ਸਾਨੂੰ ਅਗਰ ਆਪਾਂ ਚਰਚ 'ਚ ਜਾਵਾਂਗੇ ਨਹੀਂ ਤਾਂ ਸਾਡੇ ਬਾਰੇ ਉਹਨਾਂ ਨੂੰ ਪਤਾ ਕਿਸ ਤਰ੍ਹਾਂ ਲੱਗੂਗਾ ਠੀਕ ਹੈ ਤੇ ਹੁਣ ਸਾਡੇ ਨਾਲ 25-30-50 ਸਟੂਡੈਂਟ ਦੇ ਸਾਡੇ ਨਾਲ ਹੈ ਜਦੋਂ ਵੀ ਸਾਨੂੰ ਆਵਾਜ਼ ਮਾਰੀਏ ਉਹਨਾਂ ਨੂੰ ਇਹ ਪਤਾ ਵੀ ਮੂਲ ਮੰਤਰ ਦੀ ਡੈਫੀਨੇਸ਼ਨ ਕੀ ਹੈ ਔਰ ਫਿਰ ਅਸੀਂ ਇਹਨਾਂ ਨੂੰ ਬਰੋਸ਼ੋ ਇਹ ਦਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਕੰਡੀਸ਼ਨ ਕੀ ਸੀ ਠੀਕ ਹੈ ਤੇ ਅਸੀਂ ਕੇਸ ਰੱਖਦੇ ਕਿਉਂ ਆ ਹਾਂ ਕੇਸ ਕੌਸਮਿਕ એનર્ਜੀ ਪਕੜਦੇ ਆ ਕੌਸਮਿਕ એનર્ਜੀ ਪਕੜਦੇ ਆ ਇਹ ਕੁਦਰਤ ਨੇ ਦਿੱਤੇ ਆ ਹੁਣ ਇਹਨਾਂ ਦਾ ਜੀਸਸ ਜਿਹੜੇ ਬਾਈਬਲ ਆ ਵਿੱਚ ਲਿਖਿਆ ਵਿਰਬੋ ਅੱਛਾ ਜੀ ਵਿਰਬੋ ਮਤਲਬ ਸਪੈਨਿਸ਼ ਹੁੰਦਾ ਹੈ ਵਿਰਬੋ ਵਰਬ ਕਹਿੰਦੇ ਜਿਹੜਾ ਕਿਰਿਆ ਜਿਹਨੂੰ ਕਹਿੰਦੇ ਨਾ ਠੀਕ ਹੈ ਤੇ ਇਹ ਜਿਹੜਾ ਸ਼ਬਦ ਗੁਰੂ ਆ ਇਹ ਵੀ ਸ਼ਬਦ ਗੁਰੂ ਨੂੰ ਮੰਨਦੇ ਆ ਇਹਨਾਂ ਦੀ ਜਿਹੜੀ ਬਾਈਬਲ ਹੈ ਉਹ ਵੀ ਸ਼ਬਦ ਗੁਰੂ ਨੂੰ ਮੰਨਦੇ ਉਹਨੂੰ ਕਰਦੇ ਉਹਨਾਂ 'ਚ ਕੋਈ ਸਟੈਚੂ ਨਹੀਂ ਕੋਈ ਕੁਝ ਨਹੀਂ ਕੋਈ ਪੱਥਰ ਨਹੀਂ ਅਸੀਂ ਕਿਸੇ ਨੂੰ ਪੱਥਰਾਂ ਨੂੰ ਜੋ ਪੂਜਦਾ ਉਹਨੂੰ ਪੂਜਣ ਦਿਓ ਪਰ ਸਾਡਾ ਅਸੀਂ ਸ਼ਬਦ ਗੁਰੂ ਜੋਤ ਨੂੰ ਮੰਨਦੇ ਆ ਉਹ ਜੋਤ ਜਿਹੜੀ ਉਹ ਬ੍ਰਹਮੰਡ ਦੇ ਵਿੱਚ ਫੈਲੀ ਹੋਈ ਹੈ ਇਹ ਲੋਕ ਬੜੇ ਇਹਨਾਂ ਨੂੰ ਸਮਝਾਉਣਾ ਮੇਰੇ ਹਿਸਾਬ ਨਾਲ ਹੁਣ ਮੈਂ ਘੱਟ ਤੋਂ ਘੱਟ 60 ਕੰਟਰੀ ਘੁੰਮ ਚੁੱਕਾ ਆ ਸਾਰੇ ਜਿਹੜਾ ਮੈਨੂੰ ਗੋਰਿਆਂ ਦੇ ਨਾਲ ਐਕਸਪੀਰੀਅੰਸ ਹੈ ਇਹਨੂੰ ਮਾੜਾ ਜਿਹਾ ਜ਼ੋਰ ਲਾਉਣ ਦੀ ਜ਼ਰੂਰਤ ਹੈ ਅੱਛਾ ਜੀ ਮਾੜਾ ਜਿਹਾ ਜ਼ੋਰ ਲਾਉਣ ਦੀ ਜ਼ਰੂਰਤ ਹੈ ਇਹਨਾਂ ਦੀ ਕੋਰੀਆਂ ਕਿਤਾਬਾਂ ਹੈ
मतलब तुहाडा कहण दा भाव ये छेती ये सिक्खी वाले पासे या जिहड़ा धर्म दा प्रचार तुसीं करदे इधर जुड़ सकदे आ। ये जुड़े हुए जी, हुण 25 साल हो गया सिंघणी नूं। अब मुंडे दियां जिहड़ियां साडियां पूणियां कराउंदी, कुछ नूं समझ आया होणा तां ही नाल जुड़ी आ, नहीं तां जनानी तां घराड़ा गोरी घराड़ा मार दो, उह छड्ड देंदी है बंदे नूं ਤੇ सिद्धू रात नूं सौणे। ਹਾਂਜੀ ਜਿਹੜੀ ਮੈਂ ਗੱਲ ਕਰਦਾ ਕਿ ਕਿਉਂਕਿ ਮੇਨ ਮਕਸਦ ਤੇ ਹੀ ਆ ਨਾ ਸਿੱਖੀ ਦਾ ਪ੍ਰਚਾਰ ਕਰਨ ਦਾ, ਵੀ ਹਾਂ ਬਈ ਚਲੋ ਅਸੀਂ ਆਪਾਂ ਕਿਸੇ ਦਾ ਸਿੱਖ ਧਰਮ ਦਾ ਵੀ ਮਿਸ਼ਨ ਆ ਵੀ ਕਿਸੇ ਨੂੰ ਜ਼ਬਰਦਸਤੀ ਉਹਦਾ ਧਰਮ ਨਹੀਂ ਛਡਾਉਣਾ, ਜੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਉਹ ਦੱਸਣਾ ਉਹਦੇ 'ਚ ਕੀ ਚੰਗਿਆਈਆਂ ਕਿ ਕਿਹੜੀਆਂ ਕਿਹੜੀਆਂ ਗੱਲਾਂ ਆ, ਤਾਂ ਕਿ ਉਹ ਤੁਹਾਡੇ ਨਾਲ ਦੇਖ ਕੇ ਆਪਣੇ ਆਪ ਹੀ ਜਿਹੜਾ ਧਰਮ, ਕਿਉਂਕਿ ਬਹੁਤ ਧਰਮ ਹੈਗੇ ਆ ਜਿਹੜੇ ਤੁਹਾਨੂੰ ਜ਼ਬਰਦਸਤੀ ਕਰਦੇ ਆ ਅਤੇ ਜ਼ਬਰਦਸਤੀ ਧਰਮ ਅਪਣਾਉਣ ਲਈ ਵੀ ਕਹਿੰਦੇ ਆ, ਪਰ ਸਿੱਖ ਧਰਮ ਦਾ ਤਾਂ ਇਹ ਮਿਸ਼ਨ ਨਹੀਂਗਾ ਕਿ ਕਿਸੇ ਬਿਲਕੁਲ ਨੂੰ ਜ਼ਬਰਦਸਤੀ ਧਰਮ ਤਬਦੀਲ ਕੀਤਾ ਜਾਵੇ। ਨਹੀਂ, ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਰਦੇ, ਪਰ ਜੇ ਹਾਂ ਤੁਹਾਡਾ ਤੁਹਾਡੇ ਕੋਲ ਮਟੀਰੀਅਲ ਇੰਨਾ ਸਟਰੋਂਗ ਹੈ, ਉਹ ਖੁਦ ਹੀ ਕੋ ਕਰ ਬਲਾਂ ਦਿੱਤਨਾ ਖੁਦਾ ਬੰਦੇ ਸੇ ਪੂਛੇ ਤੇਰੀ ਰਜਾ ਕਿਆ ਹੈ। ਠੀਕ ਜਦੋਂ ਤੁਸੀਂ ਦੇਖੋ ਅਸੀਂ ਲੰਗਰ ਲਾਈ ਜਾ ਰਹੇ, ਕਿਸੇ ਦਾ ਧਰਮ ਨਹੀਂ ਪੁੱਛਦੇ, ਚਰਚ 'ਚ ਵੀ ਆਉਂਦੇ ਆ, ਹਾਂਜੀ ਅਸੀਂ ਚਰਚ 'ਚ ਹੋ ਕੇ ਅਸੀਂ ਕ੍ਰਿਸਚਨ ਨਹੀਂ ਹੋਣਾ, ਪਰ ਹਾਂਜੀ ਕ੍ਰਿਸਚਨ ਦੀ ਰਿਸਪੈਕਟ ਕਰਨੀ ਹੈ, ਸਿਸਟਮ ਕਰਨਾ, ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ। ਹੁਣ ਇੱਥੇ ਇੱਥੇ ਚਰਚ ਹੈਗੀ ਹੈ, ਉਹਨੇ ਜਾਣੇ ਆ, ਸਾਨੂੰ ਕਿਸੇ ਨੇ ਨਹੀਂ ਕਿਹਾ, ਉਹਨੂੰ ਪਤਾ ਵੀ ਇੰਨੇ ਸਟਰੋਂਗ ਹੈਗੇ ਜਿਹੜੇ ਇਹ 8 ਮੀਟਰ ਦਾ ਕੱਪੜਾ ਸਿਰ ਤੇ ਲਪੇਟੀ ਫਿਰਦੇ ਆ, ਇੰਨੀ ਜਲਦੀ ਇਹ ਤੇ ਕਨਵਿੰਸ ਨਹੀਂ ਹੋਣ ਲੱਗੇ, ਉਹ ਸਾਨੂੰ ਨਹੀਂ ਕਹਿੰਦੇ ਕਿ ਧਰਮ ਠੀਕ ਚਾਓ, ਪਰ ਉਹ ਮਨ ਨੂੰ ਪਲੇਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਹੁਣ ਮੈਂ ਪਿੱਛੇ ਗਿਆ ਸੀ ਚਰਚ 'ਚ, ਉਹਨਾਂ ਬੁਲਾਇਆ ਸਾਨੂੰ ਤੇ ਗਿਆ, ਤੇ ਉਹ ਕਹਿੰਦੇ ਉੱਥੇ ਇੱਕ ਲਾਹੌਰ ਦਾ ਬੰਦਾ ਹੈਗਾ ਇੱਥੇ ਹਾਂ ਜਿਹੜਾ, ਮੈਂ ਕਿਹਾ ਬਈ ਉਹ, ਮੈਂ ਕਿਹਾ ਤੁਹਾਡੀ ਜ਼ਬਾਨ ਤੇ ਇੱਕੋ ਹੈਗੀ ਆ ਤੇ ਆਪਾਂ ਭਰਾ ਹੈਗੇ ਆ, ਮੈਂ ਉਹ ਜੀ ਗੱਲ ਕੀਤੀ ਵੀ ਗੁਰੂ ਨਾਨਕ ਸਾਹਿਬ ਨੇ ਦੇਖੋ ਕਿੰਨਿਆਂ ਮੀਆਂ ਮੀਰ ਕੋ ਨੀਂਹ ਰਖਾਤੀ ਹਾਂਜੀ ਤੇ ਕਿੰਨਿਆਂ ਭਗਤਾਂ ਦੀ ਬਾਣੀ ਆ, ਇੰਨੀਆਂ ਜ਼ਬਾਨਾਂ ਨੇ, ਗੁਰੂ ਸਾਹਿਬ ਦਾ ਦਿਲ ਬਹੁਤ ਵੱਡਾ ਸੀ ਤੇ ਚਾਰ ਹਾਂਜੀ ਦਰਵਾਜ਼ੇ ਗੁਰਦੁਆਰੇ ਦੇ ਹੁੰਦੇ ਸੀ, ਚਾਰਾਂ ਸਾਈਡਾਂ ਤੋਂ ਅਸੀਂ ਬੁਲਾਉਂਦੇ, ਕੋਈ ਜਾਤ ਨਹੀਂ, ਕੋਈ ਬਰਾਦਰੀ ਨਹੀਂ। ਤੇ ਉਹ ਮੈਨੂੰ ਕਹਿਣ ਲੱਗਾ, ਨਹੀਂ ਜੀ ਉਹ ਮੁਹੰਮਦ ਸਾਹਿਬ ਦੇ ਨਾਲ ਜੀ ਉਹ ਇਸ ਤਰ੍ਹਾਂ ਜੀ ਤੁਹਾਨੂੰ ਪਰੀਆਂ ਮਿਲਣਗੀਆਂ। ਉਹ ਮੈਂ ਕਿਹਾ ਯਾਰ ਮੈਨੂੰ ਪਰੀਆਂ ਦੀ ਗੱਲ ਨਾ ਕਰ, ਮੈਂ ਤੇ ਪਰੀ ਨਾਲ ਹੀ ਰਹਿ ਰਿਹਾ, ਵੇਖ ਲੈ ਜਨਾਨੀ ਮੇਰੀ ਪਰੀ ਨਹੀਂ ਹੈਗੀ। ਪਰ ਲਾਲਚ ਜਿਹੜੀ ਜਿਹਾ ਗੱਲ ਹੈ ਨਾ, ਵੀ ਤੁਹਾਨੂੰ ਕਨਵਰਟ ਦੇ ਕੇ ਕਿਸੇ ਨੂੰ ਰੋਟੀ ਦੇ ਕੇ, ਨਹੀਂ ਤੁਸੀਂ ਅੱਜ ਉਹਨੂੰ ਲੰਗਰ ਦੇ ਦੋਗੇ, ਰੋਟੀ ਦੇ ਦੋਗੇ, ਉਹਨੂੰ ਨਹੀਂ ਕਨਵਰਟ ਕਰਨਾ। ਉਹਨੂੰ ਕਿਹਾ ਭਾਈ ਤੂੰ ਜਿੱਥੇ ਲੱਗਾ ਉੱਥੇ ਲੱਗਾ ਰਹਿ, ਪਰ ਸਾਡਾ ਆਹ ਮੈਸੇਜ, ਸਾਡਾ ਆਹ ਸਿਸਟਮ ਹੈ, ਤੇ ਉਹ ਠੀਕ ਹੈ ਲੋਕੀ ਮੇਰੇ ਖਿਆਲ ਦੇ ਨਾਲ ਬੜੀ ਜਲਦੀ ਸਮਝ ਰਹੇ ਆ, ਸਿਸਟਮ ਸਮਝ ਰਹੇ ਆ। ਔਰ ਮੈਂ ਕਹਿੰਦਾ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ, ਕਿਉਂਕਿ ਮੈਨੂੰ ਤੁਹਾਡੇ ਸਾਰਿਆਂ ਦਾ ਸਹਿਯੋਗ ਦੀ ਜ਼ਰੂਰਤ ਹੈ, ਕਿਉਂਕਿ ਹਾਂਜੀ ਬਹੁਤ ਸਾਰੇ ਕੰਮ ਕਰਨੇ ਨੇ, ਅਸੀਂ ਜਗ੍ਹਾ ਵੀ ਲੈਣੀ ਹੈ, ਅਸੀਂ ਲਾਇਬ੍ਰੇਰੀ ਖੋਲਣੀ ਆ, ਔਰ ਨਾ ਅਸੀਂ ਬਹੁਤ ਸਾਰਾ ਡੈਕੋਰੇਸ਼ਨ ਕਰਨੀ ਹੈ, ਕਿਉਂਕਿ ਲਾਇਬ੍ਰੇਰੀ ਇੱਕ ਕਲੀਨਿਕ ਹੋਵੇ, ਜਿਹੜੇ ਕੋਈ ਵੀ ਬੰਦਾ ਉੱਥੇ ਆ ਕੇ ਜਿਹੜੇ ਉਹਨੂੰ ਉਹਨੂੰ ਮੈਡੀਕਲ, ਹੁਣ ਦੇਖੋ ਅਸੀਂ ਅਡਾਪਟ ਕਰ ਰਹੇ ਹਾਂ ਇੱਥੇ ਨਰਸਾਂ, ਹਾਂਜੀ ਨਰਸਾਂ 30 ਨਰਸਾਂ ਔਰ 20-25 ਪ੍ਰੋਫੈਸਰ ਜਿਹੜੇ ਜੌਬਲੈਸ ਹੋ ਗਏ ਆ, ਅੱਛਾ ਜੀ ਅਸੀਂ ਉਹਨਾਂ ਨੂੰ ਡਾਕਟਰ 8-10 ਡਾਕਟਰ 70-80 ਬੰਦੇ ਅਸੀਂ ਸਿਟੀ ਦੇ ਅਡਾਪਟ ਕਰਾਂਗੇ, ਉਹਨਾਂ ਨੂੰ ਹਾਂ ਵੀਕਲੀ ਅਸੀਂ ਰਾਸ਼ਨ ਦਿਆ ਕਰਾਂਗੇ, ਠੀਕ ਹੈ ਕਿਉਂਕਿ ਕੁਝ ਬੰਦੇ ਹੈਗੇ ਆ ਜਿਹੜੇ ਲਾਈਨ 'ਚ ਖੜੇ ਹੋ ਕੇ ਤੇ ਕਹਿੰਦੇ ਜੀ ਰਾਸ਼ਨ ਨਹੀਂ ਹੈਗਾ, ਉਹ ਇਹ ਜਿਹੜੇ ਜਿਹੜੇ ਪ੍ਰੋਫੈਸ਼ਨਲ ਲੋਕ ਆ, ਇਹ ਅੰਦਰੋਂ ਫੀਲ ਕਰਨਗੇ ਉਹਨਾਂ ਕੋਲ ਕੁਝ ਨਹੀਂ ਹੈਗਾ, ਪਰ ਉਹ ਕਹਿਣਗੇ ਨਹੀਂ, ਸਾਨੂੰ ਪਤਾ ਵੀ ਉਹਨਾਂ ਕੋਲ ਨਹੀਂ ਹੈ, ਅਸੀਂ ਚੁੱਪ ਕਰਕੇ ਉਹਨਾਂ ਨੂੰ ਫੋਟੋ ਨਹੀਂ ਖਿੱਚਣੀ, ਉਹ ਸਾਡੇ ਨਾਲ ਆ ਜਾਣਗੇ ਤੇ ਕੱਲ ਨੂੰ ਯੂਨੀਵਰਸਿਟੀਆਂ 'ਚ ਪ੍ਰਚਾਰ ਕਰਨਗੇ, ਠੀਕ ਹੈ ਤੇ ਮਤਲਬ ਸਾਡੇ ਨਾਲ ਅਸੀਂ ਬਰੋਸ਼ੋਜ਼ ਵੀ ਰੱਖੇ ਅਸੀਂ। ਹੁਣ ਆ ਵੀ ਦੇਖੋ ਅਸੀਂ ਅੱਜ 2000 ਬਰੋਸ਼ੋ ਸਾਨੂੰ ਭਾਵੇਂ ਲੋਕਡਾਊਨ ਹੈਗਾ, ਪਰ ਉਹ ਮੁੰਡੇ ਨੇ ਸਾਨੂੰ ਭੇਜ ਦਿੱਤੇ ਆ, ਤੇ ਨਾਲ ਅਸੀਂ ਬਰੋਸ਼ੋਰ ਅਸੀਂ ਦੇਈ ਜਾ ਰਹੇ ਹਾਂ, ਹੁਣ ਨੈਟ ਤੇ ਦੇਈ ਜਾ ਰਹੇ ਹਾਂ। ਹਾਂ ਤੇ ਜਿਹੜੀ ਤੁਸੀਂ ਭਾਸ਼ਾ ਸਿੱਖਣ ਦੀ ਗੱਲ ਕਰਦੇ ਆ, ਤੁਸੀਂ ਕਿਹਾ ਵੀ ਤੁਸੀਂ ਮਤਲਬ ਇੰਟਰਨੈਟ ਰਾਹੀਂ ਨੈਟ ਰਾਹੀਂ ਵੀ ਜਿਹੜੀਆਂ ਕਲਾਸਾਂ ਲੈਂਦੇ ਆ ਉਹ ਕਿੱਦਾਂ ਹੁਣ ਅਸੀਂ ਦੇਖੋ ਤੁਸੀਂ ਸਟਾਰਟ ਕਰੋ, ਤੁਹਾਨੂੰ ਤਿੰਨਾਂ ਮਹੀਨਿਆਂ ਤੁਸੀਂ ਸਪੈਨਿਸ਼ ਬੋਲੋਗੇ, ਮੈਂ ਗੁਰੂ ਸਾਹਿਬ ਕੋ ਦੀ ਕੋ ਡਰ ਕੇ ਕਹਿ ਰਿਹਾ, ਹਾਂ ਅਸੀਂ ਪਹਿਲਾਂ ਉਹਨਾਂ ਨੂੰ ਤੁਹਾਨੂੰ 20 ਲੈਸਨ ਹੈ, ਇਹਦੇ ਪੂਰੀ ਗ੍ਰੈਮਰ ਹੈ, ਇਹਦੇ ਪ੍ਰੈਜੈਂਟ ਪਾਸਟ ਤੇ ਫਿਊਚਰ, ਅਸੀਂ ਅੱਛਾ ਤੁਹਾਨੂੰ ਇੱਕ ਲੈਸਨ ਭੇਜਾਂਗੇ, ਠੀਕ ਹੈ ਤੁਸੀਂ ਲੈਸਨ ਤੁਸੀਂ ਪਹਿਲਾਂ ਤੁਸੀਂ ਉਹਨਾਂ ਨੂੰ ਉਹਦਾ ਪ੍ਰਿੰਟ ਆਊਟ ਕੱਢ ਲਿਆ, ਠੀਕ ਹੈ ਪ੍ਰਿੰਟ ਆਊਟ ਕੱਢ ਕੇ ਇੱਕ ਵਰਡ ਟੂ ਵਰਡ ਤੁਹਾਨੂੰ ਪੰਜਾਬੀ ਸਮਝਾ ਦੇਵਾਂਗੇ, ਠੀਕ ਹੈ ਆਹ ਤੁਸੀਂ ਆ ਗਿਆ। ਅੱਛਾ ਫਿਰ ਅਸੀਂ ਤੁਹਾਡੇ ਨਾਲ, ਫਿਰ ਜਦੋਂ ਤੁਸੀਂ ਗ੍ਰੈਮਰ ਪੜ੍ਹ ਲਈ, ਪ੍ਰੈਜੈਂਟ ਪਾਸਟ ਤੁਹਾਨੂੰ ਸਾਰਾ ਆ ਗਿਆ, ਉਸ ਤੋਂ ਬਾਅਦ ਜਿਹੜੀ ਤੁਹਾਡਾ ਅਸੀਂ ਪ੍ਰੈਕਟਿਸ ਕਰਾਂਗੇ, ਹਾਂ ਪ੍ਰੈਕਟਿਸ ਕਰਾਂਗੇ, ਪ੍ਰੈਕਟਿਸ ਮੈਂ ਨਹੀਂ ਕਰਾਂਗਾ, ਉਹ ਸਿੰਘਣੀ ਕਰੇਗੀ, ਕਿਉਂਕਿ ਉਹਨੂੰ ਪੰਜਾਬੀ ਨਹੀਂ ਆਉਂਦੀ, ਤੁਸੀਂ ਬਾਈ ਫੋਰਸ ਸਪੈਨਿਸ਼ ਬੋਲਣੀ ਪੈਣੀ ਹੈ, ਠੀਕ ਹੈ ਉਹ ਤੋਂ ਇਲਾਵਾ CNN ਜਿੰਨੇ ਵੀ ਚੈਨਲ ਤੁਹਾਡੇ ਕੋਲ ਇੱਥੇ ਚੱਲਦੇ CNN ਉਹ ਤੁਸੀਂ ਦੇਖਣੇ ਆ, ਠੀਕ ਹੈ ਉਹ ਤੁਸੀਂ 3 ਮਹੀਨਿਆਂ 'ਚ ਤੁਸੀਂ ਚੈਲੰਜ ਕਰਨਾ, ਆਪਾਂ ਕੱਲ੍ਹ ਤੋਂ ਹੀ ਸਟਾਰਟ ਕਰ ਦਿੰਦੇ ਹਾਂ, ਪਰ ਮੈਂ ਭੇਜ ਦਿਆਂਗਾ ਤੇ ਕੱਲ੍ਹ ਤੋਂ ਹੀ ਤੁਸੀਂ ਦੇਖਣਾ ਕਿ ਤੁਹਾਨੂੰ 10 ਮਿੰਟਾਂ 'ਚ ਗਿਣਤੀ ਆ ਜਾਏਗੀ। ਅੱਛਾ ਜੀ ਇੱਕ ਸਿਸਟਮ ਅਸੀਂ ਡਿਫਰੈਂਟ ਬਣਾ, ਜਿਹੜੇ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨਾਂ ਦਾ ਸਿਸਟਮ ਬਹੁਤ ਈਜ਼ੀ ਅਸੀਂ ਬਣਾਇਆ, ਕਿਉਂਕਿ ਜਦੋਂ ਅੰਗਰੇਜ਼ੀ ਤੁਸੀਂ ਬੋਲੋਗੇ ਅੰਗਰੇਜ਼ੀ ਤੁਹਾਨੂੰ ਡਿਸਟਰਬ ਕਰੇਗੀ, ਅੱਛਾ ਜੀ
ਹੁਣ ਪੰਜਾਬੀ ਤੋਂ ਡਾਇਰੈਕਟ ਸਪੈਨਿਸ਼ ਵਿੱਚ ਦੱਸ ਦਿਆਂਗੇ ਵੀ ਇਹ ਵਰਬ ਨੂੰ ਇਸ ਤਰ੍ਹਾਂ ਜੋੜਨਾ ਇਹ ਪਾਸਟ ਬਣ ਜਾਏਗਾ ਇਹ ਪ੍ਰੈਜ਼ੈਂਟ ਬਣ ਜਾਏਗਾ ਮਤਲਬ ਜਿਹੜੀ ਜਿਨ੍ਹਾਂ ਦੀ ਕੋਈ ਮਾਤ ਭਾਸ਼ਾ ਹੈ ਜੇ ਉਹਦੇ ਨਾਲ ਉਹਨੂੰ ਕੰਪੇਅਰ ਕਰਕੇ ਸਿਖਾਉਂਦੇ ਆ ਤਾਂ ਉਹ ਸੌਖਾ ਹਾਂਜੀ ਹੁਣ ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੁਣ ਕਈ ਬੰਦ ਮੈਂ ਉੱਥੇ ਸਪੈਨਿਸ਼ ਅੰਬੈਸੀ 'ਚ ਵੀ ਪੜ੍ਹਾਉਂਦਾ ਸੀ ਅਤੇ ਸਪੈਨਿਸ਼ ਅੰਬੈਸੀ ਨੇ ਅੱਜ ਤੋਂ ਕੁਛ ਸਾਲ ਪਹਿਲਾਂ ਇਹ ਮੈਂ ਵਡਾਈ ਨਹੀਂ ਕਰ ਰਿਹਾ ਇਹ ਗੁਰਸਾਹਿਬ ਨੇ ਮੈਨੂੰ ਦਿੱਤਾ ਸਭ ਕੁਝ ਵੀ ਇਸ ਤਰ੍ਹਾਂ ਸੇਵਾ ਵੀ ਕੀਤੀ ਜਾਵੇ ਅਤੇ ਉਹ ਜਿਹੜੀਆਂ ਲੇਡੀਜ਼ ਸਪੇਨ ਆਉਂਦੀਆਂ ਸੀ ਅਤੇ ਗੌਰਮੈਂਟ ਨੇ ਕਿਹਾ ਸੀ ਉਹਨਾਂ ਦੇ ਡਾਕੂਮੈਂਟ ਨਹੀਂ ਬਣਨਗੇ ਜਿਹਨਾਂ ਨੂੰ ਸਪੈਨਿਸ਼ ਨਹੀਂ ਆਊਗੀ ਠੀਕ ਹੈ ਅਤੇ ਅੰਬੈਸੀ ਨੇ ਕਿਹਾ ਵੀ ਇਹਨਾਂ ਇਹਨਾਂ ਦੇ ਹਸਬੈਂਡ ਤਾਂ ਉੱਥੇ ਰਹਿੰਦੇ ਆ ਅਸੀਂ ਮਨਾ ਨਹੀਂ ਕਰ ਸਕਦੇ ਇਹਨਾਂ ਨੂੰ ਪਰ ਇਹਨਾਂ ਦੀ ਕੰਡੀਸ਼ਨ ਇਹਨਾਂ ਨੂੰ ਲੈਂਗੁਏਜ ਆਉਣੀ ਚਾਹੀਦੀ ਹੈ ਠੀਕ ਹੈ ਅਤੇ ਪਰ ਤੂੰ ਵੀ ਪੜ੍ਹਾ ਸਕਦਾ ਕਿਉਂਕਿ ਮੈਨੂੰ ਇਹਨਾਂ ਦੀ ਲੈਂਗੁਏਜ ਵੀ ਆਉਂਦੀ ਹੈ ਠੀਕ ਹੈ ਅੱਛਾ ਉਹ ਕਦੀ ਸਕੂਲ ਤਾਂ ਗਈਆਂ ਨਹੀਂ ਉਹ ਬਠਿੰਡੇ ਤੋਂ ਪਿੰਡਾਂ ਤੋਂ ਲੋਕ ਜਿਹੜੇ ਗਏ ਹੋਏ ਆ ਹਾਂ ਫਿਰ ਮੈਂ ਉਹ ਮੇਰੇ ਕੋਲ ਆਉਂਦੇ ਸੀ ਹੁਣ ਇੱਕ ਵਰਬ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਅਤੇ ਹੁੰਦਾ ਦਬੇਰ ਦਬੇਰ ਇੰਗਲਿਸ਼ ਹੁੰਦਾ ਟੂ ਮਸਟ ਜ਼ਰੂਰੀ ਠੀਕ ਹੈ ਹੁਣ ਉਸ ਲੇਡੀ ਨੂੰ ਦਬੇਰ ਦਾ ਤਾਂ ਮਸਟ ਵੀ ਨਹੀਂ ਆਉਂਦਾ ਦਬੇਰ ਉਹਨੂੰ ਕਿਸ ਤਰ੍ਹਾਂ ਸਮਝਾਓਗੇ ਉਹਨੂੰ ਇਹ ਪਤਾ ਜ਼ਰੂਰੀ ਕੀ ਹੈ ਉਹਨੂੰ ਉਹਨੂੰ ਪਤਾ ਜ਼ਰੂਰੀ ਉਹਨੂੰ ਮਸ਼ਕ ਨਹੀਂ ਆਉਂਦਾ ਉਹਨੂੰ ਕਹਿਣਾ ਫਗਵਾੜੇ ਵਾਲੀ ਉਹਨੂੰ ਜਦੋਂ ਮੈਂ ਕਹਿੰਦਾ ਸੀ ਫਗਵਾੜੇ ਵਾਲੀ ਦੇਵੋ ਉਹ ਝੱਟ ਸਮਝ ਆਉਂਦੀ ਸੀ ਠੀਕ ਹੈ ਤੇ ਉਹਨੂੰ ਮਤਲਬ ਇਹ ਕਾਫੀ ਸਾਲਾਂ ਤੋਂ ਮੈਂ ਪੜ੍ਹਾ ਵੀ ਰਿਹਾ ਮਕਸਦ ਮੇਰਾ ਹੈਗਾ ਹੈ ਕਿ ਇੱਕ ਸਿੱਖ ਦਾ ਕੰਮ ਹੈ ਕਿ ਉਹਦੀ ਜਨਰੇਸ਼ਨ ਰੁੜ ਰਹੀ ਹੈ ਉਹਨੂੰ ਗਲਤ ਗਾਈਡ ਕਰ ਰਹੇ ਹੈ ਲੈਂਗੁਏਜ ਬੋਲਣਾ ਉਹਦਾ ਅੱਛਾ ਫਿਊਚਰ ਬਣ ਸਕਦਾ ਤੇ ਮੈਨੂੰ ਮਹਾਰਾਜ ਵੱਲੋਂ ਇਹ ਸਭ ਕੁਝ ਦਾਤਾਂ ਮਿਲੀਆਂ ਨੇ ਤੇ ਕਿਉਂ ਨਾ ਇਹਨੂੰ ਮੈਂ ਵੰਡਾਂ ਤੇ ਇਹ ਜਿਹੜੀਆਂ ਹੁਣ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਟੂਰਿਜ਼ਮ ਦਾ ਵੀ ਜਿਹੜੀ ਟਰੈਵਲਿੰਗ ਏਜੰਸੀ ਉਹਦੇ ਨਾਲ ਵੀ ਸਾਰਾ ਕੁਛ ਹੈਗਾ ਜਿਹੜਾ ਤੁਸੀਂ ਇਹ ਧਰਮ ਦਾ ਪ੍ਰਚਾਰ ਜਾਂ ਇਹ ਚੀਜ਼ਾਂ ਕਰਦੇ ਆ ਇਹ ਬਰੋਸ਼ਰ ਤੋਂ ਬਗੈਰ ਹੋਰ ਕੀ ਤੁਸੀਂ ਜਿਹੜਾ ਸਪੈਨਿਸ਼ ਭਾਸ਼ਾ ਦੇ ਵਿੱਚ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਜਿਹੜਾ ਛਾਪਿਆ ਜਾਂ ਵੰਡਿਆ ਜਾਂ ਬਣਨਾ ਚਾਹੁੰਦੇ ਆ ਉਹ ਸਾਰੇ ਕੁਝ ਅਸੀਂ ਕਿਉਂਕਿ ਜਿੰਨੇ ਵੀ ਸਾਡੀ ਜਿਹੜੀ ਤੋਫੀਕ ਹੈਗੀ ਹੁਣ ਦੇਖੋ ਸਾਡਾ 2 ਮਹੀਨੇ ਤੋਂ ਡਾਊਨ ਚੱਲ ਰਿਹਾ ਤੇ ਅਸੀਂ ਕਲਾਸਿਸ ਨੂੰ ਹੋਰ ਕਰ ਰਹੇ ਹਾਂ ਕਿਉਂਕਿ ਉੱਧਰ ਸਾਨੂੰ ਫੰਡਸ ਵੀ ਆਉਂਦੇ ਆ ਕਿਉਂਕਿ ਅਸੀਂ ਜਿਹੜੀ ਉਹਨਾਂ 'ਚੋਂ ਕਰਦੇ ਹਾਂ ਉਹਨਾਂ 'ਚ ਕੰਮ ਅਤੇ ਬਰੋਸ਼ਰ ਤਾਂ ਅਸੀਂ ਵੱਢੀ ਜਾ ਰਹੇ ਹਾਂ ਇਹ ਤਾਂ ਅਸੀਂ ਭਾਵੇਂ ਕੁਛ ਵੀ ਹੋ ਜਾਏ ਅਸੀਂ ਪ੍ਰਿੰਟ ਕਰਾ ਕੇ ਭਾਵੇਂ ਕਾਪੀਆਂ ਕਰਾ ਕੇ ਇਹ ਤਾਂ ਕਰਨਾ ਹੀ ਹੈ ਇਹ ਜਿੰਨਾ ਚਿਰ ਹੁਣ ਮੈਂ 65 ਦਾ ਹੋ ਗਿਆ ਠੀਕ ਹੈ ਅਤੇ ਹੁਣ ਮਹਾਰਾਜ ਦਾ ਡਾਕੀਆ ਤੇ ਮੈਂ ਡਿਊਟੀ ਕਰੀ ਜਾ ਰਿਹਾ ਇਹਦੀ ਗੱਲ ਤੋਂ ਅਤੇ ਉਹਦੇ ਬਰੋਸ਼ਰ ਛਪਾਉਣੇ ਹੁਣ ਸਾਡੇ ਕੋਲ ਪੂਰਾ ਲਿਟਰੇਚਰ ਹੈ ਗੁਰੂ ਨਾਨਕ ਸਾਹਿਬ ਦਾ ਕਿਉਂਕਿ ਇਹਨਾਂ ਗੋਰਿਆਂ ਨੂੰ ਜ਼ਿਆਦਾ ਡਿਟੇਲ ਨਹੀਂ ਚਾਹੀਦੀ ਉਹਨਾਂ ਨੂੰ ਚਾਹੀਦਾ ਵੀ ਇਹ ਕਿਉਂ ਪੈਦਾ ਹੋਏ ਇਹ ਕੌਣ ਆਏ ਕਿੱਥੋਂ ਆਏ ਇਹ ਕੌਣ ਹੈ ਠੀਕ ਹੈ ਅਤੇ ਇਹ ਸਾਰੀ ਜਿੱਦਾਂ ਜਿਹੜੇ ਬਹੁਤ ਸਮਾਂ ਪਹਿਲਾਂ ਜਿਹੜੇ ਹਰਭਜਨ ਸਿੰਘ ਜੋਗੀ ਹਾਂਜੀ ਮਤਲਬ ਉਹਨਾਂ ਨੇ ਵੀ ਬਹੁਤ ਜਿੱਦਾਂ ਇਹਨਾਂ ਦੇ ਵਿੱਚ ਜਿੱਥੇ ਤੁਸੀਂ ਪ੍ਰਚਾਰ ਕਰ ਰਹੇ ਇਹਨਾਂ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਬਹੁਤ ਲੋਕਾਂ ਨੂੰ ਜੋੜਿਆ ਇਹ ਤੁਹਾਡਾ ਪ੍ਰੋਜੈਕਟ ਉਸ ਤਰ੍ਹਾਂ ਦਾ ਹੀ ਹੈ ਜਾਂ ਵੱਖਰਾ ਆ ਨਹੀਂ ਸਾਡਾ ਪ੍ਰੋਜੈਕਟ ਸਾਡਾ ਮੇਰਾ ਪ੍ਰੋਜੈਕਟ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਪ੍ਰੋਜੈਕਟ ਹੈ ਉਹ ਸਿਰਫ ਗੁਰੂ ਰਾਮਦਾਸ ਦੀ ਗੱਲ ਕਰਦੇ ਆ ਤੇ ਕੁੰਡਲੀ ਯੋਗਾ ਦੀ ਹਾਂ ਇਹ ਯੋਗੇ ਦਾ ਰੁਕੇ ਉਹਨਾਂ ਨੇ ਯੋਗਾ ਕਰਵਾਉਣਾ ਤੇ ਕਲਾਇੰਟ ਪਕੜਨਾ ਉਹਨਾਂ ਨੇ ਇਹ ਗੁਰੂ ਨਾਨਕ ਸਾਹਿਬ ਦਾ ਮੈਸੇਜ ਨਹੀਂ ਦੇਣਾ ਅੱਛਾ ਜੀ ਉਹ ਜਿਹੜੇ ਹੈ ਉਹ ਭਜਨ ਸਿੰਘ ਯੋਗੀ ਦੀ ਫੋਟੋ ਲਾਉਂਦੇ ਆ ਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਮੈਸੇਜ ਦਿੰਦੇ ਹਾਂ ਆਹ ਫਰਕ ਹੈ ਮੇਰਾ ਮਤਲਬ ਸੀ ਜਦੋਂ ਉਹ ਆਏ ਆ ਤੇ ਉਹਨਾਂ ਨੂੰ ਤਾਂ ਹੋ ਸਕਦਾ ਉਦੋਂ ਜੋਗੀ ਦੀ ਫੋਟੋ ਤੇ ਨਹੀਂ ਹੁਣ ਤਾਂ ਆਪਣੇ ਆਪ ਨੂੰ ਜਿੱਦਾਂ ਤੁਸੀਂ ਅੱਜ ਕਰ ਰਹੇ ਆ ਤੇ ਉਹਨਾਂ ਨੇ ਵੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਇਹ ਪ੍ਰਚਾਰ ਕੀਤਾ ਹੋਊਗਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਹੋਊਗਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਨਹੀਂ ਕੀਤਾ ਹੋਊਗਾ ਉਹਨਾਂ ਕੁੰਡਲੀ ਯੋਗਾ ਤੋਂ ਸ਼ੁਰੂ ਕੀਤਾ ਨਾਲ ਫਿਰ ਉਹਨਾਂ ਨੂੰ ਸ਼ੁਰੂ ਕਰਨਾ ਸੀ ਕਿਉਂਕਿ ਯੋਗੇ ਕਰਕੇ ਲੋਕੀ ਤੁਹਾਡੇ ਟੱਚ 'ਚ ਆ ਜਾਂਦੇ ਆ ਅੱਛਾ ਜੀ ਤੇ ਬਹੁਤ ਸਾਰਾ ਉਹਨਾਂ ਨੇ ਕੰਮ ਕੀਤਾ ਹੈ ਯੋਗੀ ਸਾਹਿਬ ਨੇ ਹੁਣ ਦੇਖੋ ਆਹ ਜਿਹੜੇ ਯੋਗਾ ਵਾਲੇ ਆ ਜਿੰਨੇ ਵੀ ਪ੍ਰੋਫੈਸਰ ਹੈਗੇ ਹੁਣ ਤੁਸੀਂ ਅਗਲੇ ਦਿਨ ਮੈਂ ਗੱਲਾਂ ਪਰਸਨਲ ਲੈਵਲ ਤੇ ਕਰ ਰਿਹਾ ਜੋ ਤੁਸੀਂ ਏਅਰ 'ਚ ਛੱਡਣੀਆਂ ਆਉਣ ਉਹਨਾਂ ਨੂੰ ਕਰ ਦੇਣਾ ਜਿਸ ਤਰ੍ਹਾਂ ਵੀ ਤੁਸੀਂ ਆਪੇ ਦੇਖਣਾ ਗੱਲ ਉਹ ਹੀ ਕਰਿਓ ਜਿਹੜਾ ਕਿਉਂਕਿ ਆਪਾਂ ਜਿਹੜੀ ਪਬਲਿਕ 'ਚ ਜਾਣੀ ਚਾਹੀਦੀ ਨਹੀਂ ਮੈਂ ਪਰ ਨਹੀਂ ਮੈਂ ਸਿੱਧੀ ਕਿੱਸੇ ਦਾ ਆਪਾਂ ਗਏ ਤੁਸੀਂ ਦੇਖ ਲੈਣਾ ਤੁਸੀਂ ਅਗਰ ਇਸ ਤਰ੍ਹਾਂ ਹੀ ਸੁਣ ਦੇਣਾ ਕਿਉਂਕਿ ਮੈਂ ਹੁਣ ਲਿਖ ਕੇ ਨਹੀਂ ਬੋਲ ਰਿਹਾ ਜੋ ਮੇਰੀ ਆਤਮਾ 'ਚੋਂ ਨਿਕਲ ਰਿਹਾ ਉਹ ਹੀ ਬੋਲ ਰਿਹਾ ਠੀਕ ਹੈ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਹੁਣ ਜਿਹੜੇ ਜਿੰਨੇ ਵੀ ਪ੍ਰੋਫੈਸਰ ਰਿਟਾਇਰ ਹੋਏ ਆ ਹਾਂਜੀ ਇੰਡੀਆ ਤੋਂ ਯੂਨੀਵਰਸਿਟੀਆਂ 'ਚੋਂ ਆ ਕੇ ਚੋਲਾ ਪਾ ਕੇ ਉਹ ਓਮ ਨਵੇਂ ਸ਼ਵਾਈ ਦੇ ਮੰਤਰ ਜਿਹੜੀਆਂ ਸੱਤ ਚੱਕਰ ਆ ਉਹਨਾਂ ਦੀ ਮੈਡੀਟੇਸ਼ਨ ਕਰਾਉਂਦੇ ਆ ਅੱਛਾ ਜੀ ਤੇ ਓਮ ਨਮਾ ਸ਼ਵਾਇ ਤੇ ਭਜਨ ਸਿੰਘ ਯੋਗੀ ਸਾਹਿਬ ਨੇ ਇੱਕ ਓਂਕਾਰ ਸਤਨਾਮ ਉਹ ਯੋਗਾ ਦੇ ਮੰਤਰਾਂ 'ਚ ਪਰੋਤੇ ਅੱਛਾ ਅਗਰ ਉਹ ਯੋਗਾ ਦੀ ਇਸ ਤਰ੍ਹਾਂ ਕਰਦੇ ਉਹਨਾਂ ਨੇ ਕੀਤਾ ਤੇ ਲੋਕ ਯੋਗੇ ਕਰਕੇ ਲਾਗੇ ਆਉਂਦੇ ਆ ਅੱਛਾ ਜੀ ਉਹਨਾਂ ਟ੍ਰਾਂਸਲੇਸ਼ਨ ਵੀ ਕੀਤੀ ਗੁਰੂ ਸਾਹਿਬ ਦਾ ਵੀ ਮੰਨਿਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ
पर जेड़े वो तो चले गए उन्होंने जेड़े अगे जेड़े हूँ जेड़े जेड़े वो टीचर है क्योंकि वो सर्टिफिकेट देंगे है उन्होंने जो बनाया वो सिर्फ उत्थे तक ही सहमत रह गए हैं जो कुछ गुरु साहब उन्होंने योगी साहब ने उन्होंने बहुत कुछ दिता जाने जो हरभजन सिंह जोगी तो बाद जी चीज वो करनी चाहते उन्होंने ठप्पा लग गया हाँ जी वो अगे अगे नहीं चल पाया क्योंकि इतने भी हूँ जो है बहुत सारे सिर्फ अपने बंद करते हैं उन्होंने डबल्यू एक बनाई उन्होंने जी एसोसीएशन उन्होंने बंद ने गल करते हैं तो असी तो फिर योगे वाले कराते असी तो पिंड भी जाके जिस बच्चे को नहीं है गरीबों के बच्चे कहा भाई तू पढ़ नहीं रहा अगर तू सिखी का मैसेज लाया वो वाहगुरु कर अच्छा तो वो असं उन्होंने गुरु नानक साहब का मैसेज देने पर उन्होंने अपने कुंडली योगी साहब ने बहुत कम किया उन्होंने सिंघनी बीबी इंद्रजीत सिंह जी ने बहुत कम किए हैं बहुत कर रहे हैं पर हूँ जो कुछ प्रोफेसर जो इतने साढ़े को है चिल्ली च है तो वह सिर्फ उन्नी गल कर रहे हैं पर उन्होंने वो बहुत कम कर रहे हैं फिर भी वैजीटेरियन हो गए हैं पर वो रूप रख के साड़ी पॉपुलेशन तो बढ़ाते हैं मैं उत्थे होना सी भी जिदा हूँ जो देखी दे उन्होंने चेहरे मूहरे जे असी हजूर साहब जाने तो उत्थे भी उन्होंने जथे जाते हैं जो पटना साहब जाने जो मैं खुद देखा गया जो गुरु गोबिंद सिंह जी का 350 साल मनाया उदो भी उत्थे काफ़ी जथे गए थे पर मैं क्योंकि नेड़े होके तो देखा नहीं वैसे देखते तो वाहेगुरू का सिमरन भी करते सारा कुछ करते हैं तो सिखी दे वाधा होया जी कि सोचते नहीं उहदे विच कुंडली योगा दा लोकां नूं पता लगा बहुत वाधा होया उन्होंने बहुत कम किए हैं वह भी कर रहे हैं जड़े पर क्यों उन्होंने उन्नी जी है ना क्योंकि वह देखो वो जे कि मंदिर में मत्था भी टेकना पाए वह भी टेक देंगे वो रेकी सिस्टम कराई जाते हैं कोई कुछ लोग उन्होंने सारे नहीं कीर्तन भी कर उन्होंने बहुत कम किए हैं वो बहुत सारे काम किए पर जरा जो मैं गुरु नानक साहब की जो गुरु साहब पर करा रहा मैं तो रोल गुरु नानक साहब का मैसेज दे रहा तो योगा तो अलावा हूँ मैंने तो दस दें कि मैनू अंबैसी ने बुलाया भी गुरु नानक पातशाह ने योग बारे की किया उन्होंने भी बुलाया अंबैसी वाले भी वह योगा दा से करते हैं ठीक है तो मैं उन्होंने शब्द लै गया योग ना मुंडी मुंड मंडाइए योग ना ताड़ी लाइए ते अंजन में निरंजन रहिए ठीक है भी गुरु नानक साहब ने सू दसिया है ठीक है तो इस तरह इस करके कि हूँ मैं बचपन तो सिखी च पैदा होया माता साड़ी ने सू बचपन जो दसिया पर बहुत ही शुक्र गुजार हाँ मैं कि ना सिखी तो पैदा होके फिर भी वह पग्गा बन के वाहगुरु जी का खालसा कहते हैं ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮਤਲਬ ਜਦੋਂ ਮਤਲਬ ਤੁਹਾਨੂੰ ਚਲੋ ਆਪਾਂ ਸਾਰਿਆਂ ਨੇ ਚੱਲ ਜਾਣਾ ਮੈਂ ਵੀ ਚੱਲ ਜਾਣਾ ਤੁਸੀਂ ਵੀ ਚੱਲ ਜਾਣਾ ਤੁਸੀਂ ਕੀ ਸੋਚਦੇ ਕਿ ਤੁਹਾਡੇ ਤੋਂ ਬਾਅਦ ਮਤਲਬ ਜਾਂ ਜਿਹੜਾ ਇਹ ਮਿਸ਼ਨ ਹੈ ਇਹਨੂੰ ਕਿਸੇ ਲਾਈਨ ਤੇ ਲਿਜਾਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਲਿਜਾਉਣਾ ਕਿ ਸਾਡਾ ਮੈਸੇਜ ਜਾਵੇ ਗੁਰੂ ਨਾਨਕ ਸਾਹਿਬ ਦਾ ਪੂਰਾ ਕੰਪਲੀਟ ਮੈਸੇਜ ਜਾਵੇ ਔਰ ਨਾਲ ਜਿਹੜੇ ਸਾਡੇ ਬੰਦੇ ਸਾਡੇ ਨਾਲ ਜੁੜਨ ਉਹ ਬਿਜ਼ਨਸ ਵੀ ਲੈਟਰ ਅਮਰੀਕਾ 'ਚ ਕਰਨ ਕਰਤਾਰਪੁਰ 'ਚ ਠੀਕ ਹੈ ਅਤੇ ਸਿੱਖੀ ਨਾਲ ਜੁੜਨ ਪਰ ਉਹ ਇਹ ਸਿਰਫ ਇੱਕ ਕੁੰਡਲੀ ਯੋਗਾ ਦੇ ਨਾ ਕਰਨ ਯੋਗਾ ਤਾਂ ਆਪਾਂ ਰੋਜ਼ ਕਰਦੇ ਹਾਂ ਐਕਸਰਸਾਈਜ਼ ਕਰੋ ਅਤੇ ਮਹਾਰਾਜ ਦਾ ਨਾਂ ਲਾਓ ਸਿਮਰਨ ਕਰੋ ਸਾਰੀ ਚੀਜ਼ ਕਰੋ ਇਹ ਲੋਕਾਂ ਨੂੰ ਵੀ ਅਸੀਂ ਮੈਂ ਬਣਾ ਰਿਹਾ ਹੁਣ ਮੈਂ ਅਸੀਂ ਕੂਬਾ ਜਿਹੜੇ ਆ ਕੂਬਾ 'ਚ ਵੀ ਇਹ ਭਜਨ ਸਿੰਘ ਯੋਗੀ ਦੇ ਬੰਦੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਅਸੀਂ ਪੰਜਾਬੀ ਗੁਰਮੁਖੀ ਸਿਖਾਵਾਂਗੇ ਠੀਕ ਹੈ ਫਿਰ ਇਹਨਾਂ ਨੂੰ ਜੋ ਵੀ ਇਹਨਾਂ ਕੋਲ ਹਾਰਮੋਨੀਅਮ ਨਹੀਂ ਪਗੜੀਆਂ ਦੀ ਜ਼ਰੂਰਤ ਹੁੰਦੀ ਹੈ ਅਸੀਂ ਇਹਨਾਂ ਨਾਲ ਪਰ ਕਈ ਵਾਰ ਜੋ ਅਸੀਂ ਕੁੰਡਲੀ ਦੀ ਗੱਲ ਨਹੀਂ ਕਰਦੇ ਕਿਉਂਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਕਿਉਂਕਿ ਉਹ ਬੰਦਾ ਸਾਨੂੰ ਫੀਸ ਨਹੀਂ ਦੇ ਸਕਦਾ ਇਹਨਾਂ ਨੇ ਫੀਸ ਰੱਖੀ ਹੋਈ ਹੈ ਅੱਛਾ ਠੀਕ ਹੈ ਬੇਟੀ ਉਹਨਾਂ ਨੇ ਆਪਣੇ ਸਰਵਾਈਵ ਕਰਨ ਵਾਸਤੇ ਉਹਨਾਂ ਨੂੰ ਫੀਸ ਵੀ ਚਾਹੀਦੀ ਹੈ ਪਰ ਅਸੀਂ ਤੇ ਅਸੀਂ ਉਹਨਾਂ ਨੂੰ ਕੋਈ ਨਹੀਂ ਲੈਂਦੇ ਵੀ ਤੂੰ ਮੈਡੀਟੇਸ਼ਨ ਵਾਸਤੇ ਸਾਡਾ ਤੁਸੀਂ ਗੁਰੂ ਨਾਨਕ ਸਾਹਿਬ ਦਾ ਮੈਸੇਜ ਦੇ ਰਹੇ ਹਾਂ ਅਸੀਂ ਦੂਸਰੇ ਪਾਸੇ ਕੰਮ 'ਚੋਂ ਅਤੇ ਉਹਨਾਂ ਨੇ ਕਈਆਂ ਬੰਦਿਆਂ ਨੇ ਆਪਣਾ ਆਧਾਰ ਬਣਾਇਆ ਹੋਇਆ ਹੈ ਅਤੇ ਜਦੋਂ ਤੁਸੀਂ ਸਿਰਫ ਇਹਦੇ 'ਤੇ ਡਿਪੈਂਡ ਕਰੋਗੇ ਵੀ ਮੈਂ ਯੋਗਾ ਦੀ ਕਲਾਸ ਦੇਣੀ ਆ ਤਾਂ ਫਿਰ ਤੁਸੀਂ ਗੁਰੂ ਦੀ ਤੁਹਾਡੇ ਕੋਲ ਗੱਲ ਨਹੀਂ ਹੋਊਗੀ ਅਤੇ ਸਾਡਾ ਤਾਂ ਬਾਬਾ ਮਰਦਾਨੇ ਨੂੰ ਲੈ ਕੇ ਅਤੇ ਤੁਰ ਪਿਆ ਸੀ ਉਹਦੇ ਨਾਲ ਕਿਹੜਾ ਲਸ਼ਕਰ ਤੁਰਿਆ ਸੀ ਠੀਕ ਹੈ ਅਤੇ ਜਦੋਂ ਦੇ ਤੁਸੀਂ ਤੁਰੇ ਆ ਇਸ ਪਾਸੇ ਨੂੰ ਵੀ ਮੁਸ਼ਕਲਾਂ ਵੀ ਰਸਤੇ ਕੱਠਣ ਵੀ ਆਏ ਹੋਣਗੇ ਅਤੇ ਕਿਸੇ ਪਾਸਿਓ ਕੋਈ ਮਦਦ ਜਾਂ ਤੁਹਾਨੂੰ ਕੋਈ ਗ੍ਰਾਂਟ ਜਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਨਹੀਂ ਗ੍ਰਾਂਟ ਨਹੀਂ ਐਡੀ ਨਹੀਂ ਉੱਧਰੋਂ ਆਈ ਤਾਂ ਪਰ ਮੈਨੂੰ ਮਹਿਸੂਸ ਨਹੀਂ ਹੁੰਦਾ ਪ੍ਰੋਬਲਮਾਂ ਨਿੱਕੀਆਂ ਹੋਈਆਂ ਜਦੋਂ ਮੈਂ ਸਪੇਨ ਜਦੋਂ ਵੀ ਪਗੜੀ ਅਤੇ ਡਾਕੂਮੈਂਟ ਨਹੀਂ ਬਣਦੇ ਸੀ ਅਤੇ ਮੈਂ ਕਿਹਾ ਪਗੜੀ ਨਹੀਂ ਲਾਉਣੀ ਹਾਂਜੀ ਅਤੇ ਇੱਥੇ ਵੀ ਪਗੜੀ ਨਹੀਂ ਲਾਈ ਕੰਮ ਨਹੀਂ ਮਿਲਦਾ ਸੀ ਅਤੇ ਮਤਲਬ ਮੈਂ ਇਹ ਗੁਰਸਾਹਿਬ ਦੀ ਯਾਦ ਕਰਕੇ ਨਾ ਉਹਨੂੰ ਤੁਰ ਪੈਣਾ ਔਰ ਬਸ ਲੋਕਾਂ ਨੂੰ ਕਈਆਂ ਲੋਕਾਂ ਨੂੰ ਅਗਰ ਥੋੜ੍ਹੀ ਬਹੁਤੀਆਂ ਦਿੱਕਤਾਂ ਆਉਂਦੀਆਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਬੇਟੇ ਦੀ ਐਡਮਿਸ਼ਨ ਹੁੰਦੀ ਸੀ ਅਤੇ ਮੈਨੂੰ ਨਹੀਂ ਹੁੰਦਾ ਮੈਂ ਤਾਂ ਕੰਡਿਆਂ 'ਤੇ ਸੁੱਤਾ ਮੇਰਾ ਬਾਪੂ ਅਤੇ ਕੀ ਹੈ ਸਰਸਾ ਨਦੀ ਤੋਂ ਪ੍ਰੋਬਲਮ ਤੋਂ ਤਾਂ ਨਜ਼ਰ ਆਉਣ ਗਈਆਂ ਵੀ ਜੇ ਤੁਸੀਂ ਡਰ ਗਏ ਵੀ ਮੇਰੇ ਡਾਕੂਮੈਂਟ ਨਹੀਂ ਬਣ ਸਕਦੇ ਮੈਨੂੰ ਨੈਸ਼ਨਲ ਟੀਮ ਮਿਲੂਗੀ
ਹੁਣ 250 ਸਾਲਾਂ ਦੀ ਨੈਸ਼ਨੈਲਿਟੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਆ ਉਹਨੂੰ ਛੱਡ ਕੇ ਤੇ ਮੈਂ ਕਹਾਂ ਜੀ ਮੈਨੂੰ ਨੈਸ਼ਨੈਲਿਟੀ ਮਿਲ ਜੇ ਉਹ ਸੋਚਣ ਦਾ ਕੋਈ ਢੰਗ ਹੁਣ ਦੇਖੋ ਕਹਿੰਦੇ ਜੀ ਤੁਹਾਡੀ ਸਿੰਘਣੀ ਫੋਰਨਰ ਇਹ ਮੇਰੇ ਨਹੀਂ ਹੈਗੇ ਮੈਨੂੰ ਇਹ ਗੁਰੂ ਸਾਹਿਬ ਨੇ ਦਿੱਤੇ ਸਾਥੀ ਦੇਣ ਹੈ ਇਹਦੇ ਤੇ ਹੁਣ ਮੈਂ ਦੇਖੋ ਮੇਰਾ ਬੇਟਾ ਸਭ ਕੁਝ ਸੈੱਟ ਕਰਕੇ ਚਲਾ ਗਿਆ ਕਿ ਚਾਰ ਚਾਰ ਪੰਜ ਪੰਜ ਲੈਂਗੁਏਜ ਬੋਲਦੇ ਕੌਣ ਕਰਵਾ ਰਿਹਾ ਉਹਦੀਆਂ ਮਤਲਬ ਮੈਨੂੰ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਹੈ ਇਹ ਮੇਰਾ ਸਰੀਰ ਨਹੀਂ ਹੈਗਾ ਇਹ ਮੈਨੂੰ ਮਿਸ਼ਨ ਵਾਸਤੇ ਇੱਥੇ ਗੁਰੂ ਸਾਹਿਬ ਨੇ ਭੇਜਿਆ ਤੇ ਇਸ ਕਰਕੇ ਉਹਨਾਂ ਨੇ ਮੇਰਾ ਕਰਾਉਣਾ ਮੈਂ ਇਹ ਚਾਹੁੰਦਾ ਵਾਂ ਕਿ ਅਸ ਘਰ ਘਰ ਸਾਊਥ ਅਮਰੀਕਾ ਦੀਆਂ 22 ਕੰਟਰੀਆਂ 'ਚ ਅਜੇ ਮੇਰੀ ਬਿਲਕੁਲ ਸਿਹਤ ਠੀਕ ਹੈ ਮੇਰਾ ਬਰੋਸ਼ੋ ਜਾਵੇ ਨਾ ਕੋਈ ਮੇਰੀਆਂ ਏਅਰਲਾਈਨਾਂ 'ਚ ਗੱਡੀਆਂ ਮੈਨੂੰ ਕੋਈ ਬਰੋਸ਼ ਕੋਈ ਵੀ ਸਟੂਡੈਂਟ ਭਾਵੇਂ ਕਿਸੇ ਧਰਮ ਨੂੰ ਮੰਨਦਾ ਹੋਵੇ ਇੱਥੇ ਯੂਨੀਵਰਸਿਟੀ ਦਾ ਹੋਵੇ ਮੇਰੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਨਾ ਕਹਿਣ ਵੀ ਇਹ ਬਿਨ ਲਾਦਨ ਹੈ ਇਹ ਅਰਬ ਹੈ ਹੁਣ ਮੇਰੇ ਬੇਟੇ ਨੂੰ ਲੋਕ ਕੀ ਕਹਿੰਦੇ ਆ ਇਹ ਪ੍ਰਤਾਪ ਸਿੰਘ ਦਾ ਬੇਟਾ ਹੈ ਮਤਲਬ ਤੁਸੀਂ ਆਪਣੀ ਸਿੱਖੀ ਦੀ ਆਇਡੈਂਟੀ ਜਿਹੜੀ ਆ ਉਹ ਐਸਟੈਬਲਿਸ਼ ਕਰਨਾ ਚਾਹੁੰਦੇ ਆ ਹਾਂਜੀ ਇਹਨੂੰ ਕਰਨਾ ਚਾਹੁੰਦੇ ਉਸ ਤੋਂ ਇਲਾਵਾ ਜਿਹੜੇ ਨਾ ਮਤਲਬ ਜਿਹੜੇ ਇਹ ਬੱਚੇ ਇਹਨਾਂ ਦੇ ਗੋਰਿਆਂ ਦੇ ਬੱਚੇ ਆ ਉਹਨਾਂ ਨੂੰ ਵੀ ਅਸੀਂ ਮੈਂ ਇਹਨਾਂ ਨੂੰ ਟੂਰਿਜ਼ਮ 'ਚ ਪੜ੍ਹਾਉਣਾ ਹੈ ਇਸ ਤਰ੍ਹਾਂ ਕਾਸਟਿੰਗ ਕਰਨੀ ਹੈ ਇਸ ਤਰ੍ਹਾਂ ਕਰਨਾ ਹੈ ਫਿਰ ਇਹਨਾਂ ਵਿੱਚ ਮੇਰੀ ਮੇਰੀ ਬੇਟੀ ਇਹਨਾਂ ਨੂੰ ਇੰਗਲਿਸ਼ ਪੜ੍ਹਾਉਂਦੀ ਹੈ ਕਿਉਂਕਿ ਇੱਥੇ ਇੰਗਲਿਸ਼ ਦਾ ਬੜਾ ਰਿਵਾਜ ਹੈ ਹਾਂਜੀ ਇਹ ਜਿੱਦਾਂ ਜੇ ਤਾਂ ਆਪਾਂ ਪੰਜਾਬੀ ਨੂੰ ਲਈਏ ਵੀ ਪਗੜੀ ਸੰਭਾਲ ਜੱਟਾ ਤੇ ਇੱਕ ਜਿੱਦਾਂ ਪਗੜੀ ਦੀ ਗੱਲ ਹੋ ਜਾਂਦੀ ਹੈ ਤੇ ਤੁਸੀਂ ਵੀ ਬਹੁਤ ਸਾਰੀ ਲਫ਼ਜ਼ ਵਰਤਦੇ ਆ ਪਗੜੀ ਪਰ ਗੁਰਬਾਣੀ ਦਸਤਾਰ ਕਹਿੰਦੀ ਹੈ ਹਾਂਜੀ ਦਸਤਾਰ ਜੀ ਸੋਰੀ ਜੀ ਮੈਂ ਦਸਤਾਰ ਹੀ ਹਾਂਜੀ ਦਸਤਾਰ ਜਿਹੜੀ ਹੈ ਉਹ ਹੁਣ ਕਈ ਵਾਰ ਕਿਉਂਕਿ ਮੈਂ ਟੱਚ 'ਚ ਨਹੀਂ ਰਿਹਾ ਇੰਨਾ ਬਹੁਤ ਸਾਰਾ ਇੰਡੀਆ 'ਚ ਤੇ ਕਈ ਲਫ਼ਜ਼ ਮੇਰੇ ਕੋਲ ਨਹੀਂ ਅਜੇ ਮੈਂ ਆਪਣੇ ਆਪ ਨੂੰ ਬਹੁਤ ਸਾਰਾ ਨਹੀਂ ਨਹੀਂ ਮੈਂ ਸਵਾਲ ਇਹ ਕੀਤਾ ਵੀ ਆਪਾਂ ਨੂੰ ਲੋਕੀ ਵੀ ਜਦੋਂ ਆਪਾਂ ਬਹੁਤ ਸਾਰੀ ਇੰਟਰਵਿਊ 'ਚ ਪਗੜੀ ਦਾ ਹੀ ਜ਼ਿਕਰ ਕੀਤਾ ਕਿਉਂਕਿ ਜਿਹੜੀ ਦਸਤਾਰ ਆ ਕੋਈ ਵੀ ਬੰਦਾ ਜੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ ਧਰਮ ਦਾ ਪ੍ਰਚਾਰ ਕਰਦੇ ਆ ਤੇ ਜੇ ਤੁਸੀਂ ਪਗੜੀ ਕਹੋਗੇ ਤੇ ਮੇਰਾ ਖਿਆਲ ਪਗੜੀ ਤਾਂ ਆਮ ਦੁਨੀਆ ਬਹੁਤ ਬਣਦੀ ਆ ਦਸਤਾਰ ਜਿਹੜੀ ਆ ਉਹ ਸਿੱਖ ਹੀ ਬਣਦਾ ਮੈਂ ਨੋਟ ਕਰ ਲਿਆ ਜੀ ਡੈਰੀ ਤੇ ਅੱਗੇ ਤੋਂ ਤੁਸੀਂ ਮੈਨੂੰ ਮਾਫੀ ਚਾਹੁੰਦਾ ਅੱਗੇ ਤੋਂ ਇਹ ਮੈਨੂੰ ਮੇਰੇ ਗਿਆਨ 'ਚ ਬੜੋਤਰੀ ਹੋਈ ਮੈਨੂੰ ਪਤਾ ਸੀ ਦਸਤਾਰ ਦਾ ਅੱਗੇ ਤੋਂ ਮੈਂ ਇਹ ਲਫ਼ਜ਼ ਬਿਲਕੁਲ ਨਹੀਂ ਪੂਰੀ ਕੋਸ਼ਿਸ਼ ਕਰਾਂਗਾ ਵੀ ਮੈਂ ਇਹ ਮਹਾਰਾਜ ਨੇ ਦਸਤਾਰ ਦਿੱਤੀ ਸਾਨੂੰ ਹਾਂਜੀ ਦਸਤਾਰ ਹੈ ਠੀਕ ਹੈ ਤੇ ਤੁਸੀਂ ਆਪਣੇ ਵੱਲੋਂ ਜਿੱਦਾਂ ਕਿਉਂਕਿ ਆਵਾਜ਼ੇ ਕੌਮ ਤੇ ਪਹਿਲਾਂ ਤਾਂ ਮੈਂ ਵੀ ਜਾਣਨਾ ਚਾਹੂੰਗਾ ਵੀ ਤੁਸੀਂ ਆਵਾਜ਼ੇ ਕੌਮ ਦੇ ਨਾਲ ਕਿੱਦਾਂ ਜੁੜੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਆਵਾਜ਼ੇ ਕੌਮ ਵੀ ਕੋਈ ਟੀਵੀ ਹੈ ਇਹ ਮੇਰਾ ਗੁਰੂ ਕਰਾ ਰਿਹਾ ਇਹ ਤੁਸੀਂ ਨਹੀਂ ਕਰ ਰਹੇ ਇਹ ਮੇਰਾ ਮੈਸੇਜ ਤੁਸੀਂ ਪਹੁੰਚਾਉਣਾ ਸੀ ਕਿ ਇਹ ਗੁਰੂ ਮੇਰਾ ਕਰਾ ਰਿਹਾ ਉਹਨਾਂ ਬੰਦਿਆਂ ਨੂੰ ਮਿਲਾਉਣਾ ਉਹਨੇ ਮਿਸ਼ਨ ਨੂੰ ਕੰਪਲੀਟ ਕਰਾਉਣਾ ਤੇ ਹੁਣ ਆ ਮੇਰਾ ਮੈਸੇਜ ਕਿੰਨੀਆਂ ਸੰਗਤਾਂ ਨੂੰ ਜਾਏਗਾ ਸੋਚਣਗੇ ਸਾਡੇ ਨਾਲ ਗੱਲ ਕਰਨਗੇ ਤੇ ਬਾਕੀ ਉਹ ਜਿਹੜੇ ਨਾ ਉਹ ਗੁਰੂ ਸਾਹਿਬ ਲਭਾ ਦਿੰਦਾ ਪੱਥਰਾਂ 'ਚੋਂ ਲੱਭ ਲੈਂਦੇ ਜਿਹੜੇ ਅੱਖੀਆਂ ਵਾਲੇ ਨੇ ਠੀਕ ਹੈ ਤੇ ਜਿਹਦੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਸੋਟੀ ਹੋਵੇ ਉਹ ਤੇ ਫਿਰ ਵੱਡੇ ਵੱਡੇ ਜਿਹਨੇ ਮੈਨੂੰ ਇੰਨੀ ਦੂਰ 24 ਘੰਟੇ ਦੀ ਫਲਾਈਟ ਹੈ ਇੰਡੀਆ ਤੋਂ ਇੱਥੇ ਭੇਜਿਆ ਤੇ ਤੁਹਾਡੇ ਵਰਗੀਆਂ ਉਹਨੇ ਮਿਸ਼ਨ ਮੇਰਾ ਪੂਰਾ ਕਰਨਾ ਤੇ ਉਹ ਇਸ ਤਰ੍ਹਾਂ ਮਿਲਾ ਕੇ ਹੁਣ ਕਈ ਲੋਕ ਮੈਨੂੰ ਫੋਨ ਕਰਨਗੇ ਕਰਨਗੇ ਦਿੱਕਤਾਂ ਇਹ ਉਹ ਮਿਲਾਉਂਦਾ ਮੈਂ ਪੋਸਟ ਹੁਣ ਆਹ ਦੇਖੋ ਜਿਹੜਾ ਜਿਹੜਾ ਸਿਸਟਮ ਚੱਲ ਰਿਹਾ ਅਸੀਂ 2 ਮਹੀਨੇ ਤੋਂ ਅੰਦਰ ਬੈਠੇ ਹਾਂ ਮੈਂ ਕਹਿੰਦਾ ਮਹਾਰਾਜ ਇਹ ਵੀ ਤੇਰੀ ਤੇਰੀ ਮੌਜ ਹੈ ਇਹ ਵੀ ਤੂੰ ਕਰ ਰਹੇ ਹਾਂ ਹਾਂ ਦੁੱਖ ਭੋਗ ਸਦ ਮਾਰ ਇਹ ਵੀ ਦਾ ਤੇਰੀ ਦਾ ਤਾਰ ਜੇ ਆਪਾਂ ਕਰੋਨਾ ਵੀਰੂ ਕਰੋਨਾ ਵੀਰੂਸ ਵਾਇਰਸ ਦੇਖਦੇ ਰਹਾਂਗੇ ਤੇ ਮਾਇੰਡ 'ਚ ਪਹਿਲਾਂ ਵੜੇਗਾ ਤੁਹਾਡੇ ਹਾਂਜੀ ਹਾਂਜੀ ਤੇ ਮਾਇੰਡ ਤੋਂ ਬਾਡੀ 'ਚ ਵੜੇਗਾ ਠੀਕ ਹੈ ਤੇ ਇਸ ਕਰਕੇ ਕੋਸ਼ਿਸ਼ ਇਹ ਜਿਹੀ ਆ ਤੇ ਮੈਨੂੰ ਤੁਹਾਨੂੰ ਐਜ ਤੁਹਾਡਾ ਮੈਂ ਗੱਲ ਕਰ ਰਿਹਾ ਇਹ ਵੀ ਮਹਾਰਾਜ ਦਾ ਹੁਕਮ ਹੈ ਠੀਕ ਹੈ ਜਿਹੜੇ ਆਵਾਜ਼ੇ ਕੌਮ ਦੇ ਰਾਹੀਂ ਜਿਹੜੇ ਦਰਸ਼ਕ ਸਾਡੇ ਦੇਖਦੇ ਆ ਤੁਹਾਡੀ ਗੱਲਬਾਤ ਸੁਣ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਿੱਖੀ ਦੇ ਤੌਰ ਤੇ ਵੀ ਤੇ ਵੈਸੇ ਇਨਸਾਨੀਅਤ ਦੇ ਨਾਤੇ ਵੀ ਨਹੀਂ ਜੀ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਹੁਣ ਜਿਸ ਤਰ੍ਹਾਂ ਹਾਲਾਤ ਕੁਛ ਇੰਨੀ ਜਲਦੀ ਠੀਕ ਨਹੀਂ ਹੋਣੇ ਠੀਕ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਜਿਸੇ ਵੀ ਲੈਂਗੁਏਜ ਸਪੇਨ 'ਚ ਬੈਠੇ ਹੋ ਤੇ ਆਪਣੇ ਬੱਚੇ ਜਿੱਥੇ ਲੰਗਰ ਤੁਸੀਂ ਲਾ ਰਹੇ ਹੋ ਹੁਣ ਆਪਾਂ ਦੇਖ ਰਹੇ ਹਾਂ ਮੇਰੇ ਖਿਆਲ 120 ਕੰਟਰੀਆਂ 'ਚ ਅਸੀਂ ਬੈਠੇ ਹਾਂ ਸਾਡੇ ਬੱਚਿਆਂ ਨੂੰ ਡਿਫਰੈਂਟ ਲੈਂਗੁਏਜਾਂ ਆਉਂਦੀਆਂ ਉੱਥੇ ਪੜ੍ਹੇ ਨੇ ਹਾਂਜੀ ਤੇ ਉਹਨਾਂ ਨੂੰ ਛੋਟੇ ਛੋਟੇ ਬੁੱਕਲੈਟ ਬਣਾ ਕੇ ਜਦੋਂ ਤੁਸੀਂ ਲੰਗਰ ਕਰਦੇ ਹੋ ਤੇ ਉਹਨਾਂ ਨੂੰ ਦਿੱਤੇ ਜਾਣ ਲੋਕਲ ਬੱਚਿਆਂ ਨੂੰ ਜਿੱਥੇ ਸਕੂਲਾਂ 'ਚ ਪੜ੍ਹਦੇ ਨੇ ਹਾਂਜੀ ਤੇ ਬਾਕੀ ਇਹ ਮੈਸੇਜ ਆ ਬਾਕੀ ਮੈਂ ਇੱਕ ਤੁਹਾਨੂੰ ਹੋਰ ਗੱਲ ਭੁੱਲ ਗਿਆ ਕਿ ਇੱਕ ਮੈਂ ਬੁੱਕ ਲਿਖੀ ਹੋਈ ਹੈ ਜਿਹਦੇ 3 ਲੈਂਗੁਏਜ ਨੇ ਅੱਛਾ ਜੀ ਇਹਦੇ ਵਿੱਚ ਗੁਰਮੁਖੀ ਹੈ ਇੰਗਲਿਸ਼ ਹੈ ਔਰ ਸਪੈਨਿਸ਼ ਹੈ ਕੁਐਸਚਨ ਆਨਸਰ ਨੇ ਉਹਦੇ 'ਚ ਹਾਂਜੀ ਸਪੈਨਿਸ਼ ਇੰਗਲਿਸ਼ ਔਰ ਗੁਰਮੁਖੀ ਉਹ ਅਸੀਂ ਕੁਝ ਭੇਜਾਂਗੇ ਤੁਹਾਨੂੰ ਜਾਂ ਹੋਰ ਸਾਰਿਆਂ ਨੂੰ ਅਜੇ ਮੈਂ ਪ੍ਰਿੰਟ ਕਰਾਉਣੀ ਹੈ ਅਜੇ ਇੰਨੀ ਮਾਇਆ ਮੇਰੇ ਕੋਲ ਨਹੀਂ ਵੀ ਮੈਂ ਪ੍ਰਿੰਟ ਕਰਾ ਸਕਾਂ ਕਿ ਜਿਹੜੇ ਬੱਚੇ ਸਪੇਨ 'ਚ ਰਹਿ ਰਹੇ ਆ ਸਪੇਨ 'ਚ ਰਹਿ ਰਹੇ ਆ ਉਹਨਾਂ ਦੇ ਬਜ਼ੁਰਗਾਂ ਨੂੰ ਕਿਉਂਕਿ ਮੈਂ ਕਿਉਂ ਮੇਰੇ ਮਾਇੰਡ 'ਚ ਆਇਆ ਮੈਂ ਸਪੇਨ ਗਿਆ ਸੀ ਇੱਕ ਵਾਰੀ ਤੇ ਇੱਕ ਬੇਟੀ ਨੇ ਮੈਨੂੰ ਪੁੱਛਿਆ ਵੀ ਅੰਕਲ ਮੈਨੂੰ ਇਹ ਦੱਸੋ ਸਪੈਨਿਸ਼ ਲੈਂਗੁਏਜ ਕਿ ਇਹ ਚੌਰ ਕਿਉਂ ਫੇਰਦੇ ਆ ਅੱਛਾ ਜੀ
ਆਪਾਂ ਮੱਥਾ ਕਿਉਂ ਟੇਕਦੇ ਹਾਂ, ਇਹ ਹਾਂਜੀ ਸਾਰਾ ਕੁਝ ਉਹਦੇ ਨਾਲ ਉਹਨਾਂ ਦੇ ਬਜ਼ੁਰਗ ਬੈਠੇ ਸੀ ਤੇ ਉਹ ਨਹੀਂ ਦੱਸ ਪਾਏ ਕਿਉਂਕਿ ਉਹਨਾਂ ਨੂੰ ਸਪੈਨਿਸ਼ ਨਹੀਂ ਆਉਂਦੀ ਸੀ ਤੇ ਬਜ਼ੁਰਗਾਂ ਨੂੰ ਵੀ ਨਹੀਂ ਇਨਫੋਰਮੇਸ਼ਨ ਹੈਗੀ ਸੀ। ਠੀਕ ਹੈ ਤੇ ਇਸ ਕਰਕੇ ਤਿੰਨ ਲੈਂਗੁਏਜ ਜਿਹੜੀ ਬੁੱਕਲੈਟ ਬਣਾਈ ਹੈ ਉਹਦੇ ਵਿੱਚ 400 ਕੁਐਸਚਨ ਆਨਸਰ ਹੈ, ਹਾਂ ਸਾਰੇ ਸਾਰੇ ਕੁਐਸਚਨ ਉਹ ਅਸੀਂ ਬੁੱਕ ਭੇਜਾਂਗੇ ਔਰ ਬੱਚਿਆਂ ਨੂੰ ਪ੍ਰਪੇਅਰ ਉਹਨਾਂ ਦੇ ਐਗਜ਼ਾਮ ਲਾਵਾਂਗੇ, ਜਿੱਦਾਂ ਸਪੇਨ ਵਾਲੇ ਬੱਚੇ ਆ ਉਹ ਇੰਗਲਿਸ਼ ਵੀ ਹੈਗੀ ਆ ਤੇ ਇੰਗਲਿਸ਼ ਜਿਹੜੇ ਬੋਲਦੇ ਬੱਚੇ ਉਹਨਾਂ ਦੀ ਵੀ ਹੈ ਤੇ ਬਜ਼ੁਰਗਾਂ ਨੂੰ ਵੀ ਕਿਤਾਬ ਦਿੱਤੀ ਜਾਵੇਗੀ ਕਿਉਂਕਿ ਉਹ ਗੁਰਮੁਖੀ ਜਾਣਦੇ ਆ, ਹਾਂਜੀ ਉਹਦੇ ਵਿੱਚ ਉਹਨਾਂ ਦੇ ਐਗਜ਼ਾਮ ਲਏ ਜਾਣਗੇ ਤੇ ਐਗਜ਼ਾਮ ਤੋਂ ਬਾਅਦ ਜਿਹੜੇ ਬੱਚੇ ਪਾਸ ਹੋਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਠੀਕ ਹੈ ਤੇ ਉਹਦੇ ਵਿੱਚ ਸਾਡਾ ਪ੍ਰਚਾਰ ਹੋਏਗਾ ਕਿ ਬਜ਼ੁਰਗ ਤਾਂ ਪੰਜਾਬੀ ਬੋਲਣਗੇ ਅੰਗਰੇਜ਼ੀ ਬੋਲਣ ਅੰਗਰੇਜ਼ੀ ਬੋਲਣਗੇ ਤੇ ਇਹ ਸਾਡਾ ਹੈ ਤੇ ਇਹਦੇ ਇਹਨਾਂ ਕਰਨ ਤੋਂ ਬਾਅਦ ਅਸੀਂ ਕਰ ਰਹੇ ਹਾਂ ਪਰ ਅਸੀਂ ਥੋੜ੍ਹਾ ਸਲੋ ਚੱਲ ਰਹੇ ਹਾਂ। ਇਸ ਕਰਕੇ ਮੇਰੀ ਸਾਧ ਸੰਗਤ ਜਿਹੜੇ ਵੀ ਤੁਹਾਡੇ ਚੈਨਲ ਤੋਂ ਦੇ ਥਰੂ ਆਵਾਜ਼ੇ ਕੌਮ ਤੋਂ ਸੁਣ ਰਹੇ ਨੇ ਇੱਕ ਤਾਂ ਉਹ ਕੰਮ ਕਰਨ ਕਿ ਜਿੱਥੇ ਵੀ ਉਹ ਬੈਠੇ ਨੇ ਕਿਉਂਕਿ ਇੱਥੋਂ ਵੱਡੇ ਸਿੱਖੀ ਤੋਂ ਵੱਡੇ ਅੱਗੇ ਕੁਝ ਨਹੀਂ ਹੈਗਾ ਔਰ ਸਿੱਖ ਨਿਮਾਣਾ ਨਹੀਂ ਹੁੰਦਾ, ਸਾਡੇ ਤਾਂ ਗੁਰੂ ਦੀ ਕਲਗੀ 'ਚ ਹੀਰਾ ਸੀ, ਅਸੀਂ ਹਾਂਜੀ ਗਰੀਬ ਨਹੀਂ ਹੈਗੇ, ਠੀਕ ਹੈ ਸਾਡੇ ਗੁਰੂ ਦੀ ਕਲਗੀ 'ਚ ਹੀਰਾ ਸੀ, ਸਾਡੇ ਕੋਲ ਇੰਨਾ ਵੱਡਾ ਖਜ਼ਾਨਾ ਸਾਨੂੰ ਦੇ ਕੇ ਗਏ ਆ ਔਰ ਇਸ ਟਾਈਮ ਵਰਲਡ ਨੂੰ ਜ਼ਰੂਰਤ ਹੈ। ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਅਸੀਂ ਦੇਤਾ ਤੇ ਇਹ ਵਰਲਡ ਨੂੰ ਸ਼ਾਂਤੀ ਹੋ ਸਕਦੀ ਹੈ, ਹੋਰ ਕੋਈ ਸਿਸਟਮ ਨਹੀਂ ਹੈਗਾ ਤੇ ਉਹ ਬੱਚਿਆਂ ਨੂੰ ਉਹ ਪ੍ਰਚਾਰ ਕਰਨ ਜਿੱਥੇ ਵੀ ਹੈਗੇ ਆ ਹਾਂਜੀ ਨਾਲ ਲੰਗਰ ਦੇ ਨਾਲ ਹਰ ਗੁਰਦੁਆਰੇ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਉਣ ਛੋਟੀ ਜੀ ਠੀਕ ਉਹ ਕਰਨ, ਉਸ ਤੋਂ ਇਲਾਵਾ ਸਾਡੇ ਦੇ ਨਾਲ ਖੜੇ ਹੋਣ ਕਿ ਤੁਹਾਨੂੰ ਤੁਹਾਡੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਕੰਮ ਅਸੀਂ ਇੱਕ ਲਾਇਬ੍ਰੇਰੀ ਖੋਲ੍ਹਣਾ ਚਾਹੁੰਦੇ ਹਾਂ ਔਰ ਕਈ ਵਾਰ ਮੂਵ ਵੀ ਕਰਨਾ ਪੈਂਦਾ ਹੈ ਕਿਉਂਕਿ ਸਾਨੂੰ ਜ਼ਰੂਰਤ ਪੈਂਦੀ ਹੈ, ਜਿਸ ਤਰ੍ਹਾਂ ਫਲਾਈਟ ਲੈਣਾ ਅਸੀਂ ਦਸਵੰਧ ਚੋਂ ਕੁਝ ਸਾਡੇ ਸੱਜਣ ਮਦਦ ਕਰ ਰਹੇ ਹਾਂ ਪਰ ਅਸੀਂ ਸਲੋ ਚੱਲ ਰਹੇ ਹਾਂ, ਇਸ ਕਰਕੇ ਸਾਡੇ ਨਾਲ ਖੜੇ ਹੋਵੋ ਔਰ ਬਾਕੀ ਜਿਹੜੇ ਬੱਚੇ ਸਪੈਨਿਸ਼ ਸਿੱਖਣਾ ਚਾਹੁੰਦੇ ਆ ਪੰਜਾਬੀਆਂ ਦੇ ਉਹ ਵੀ ਸਾਡੇ ਨਾਲ ਕੰਟੈਕਟ ਕਰਨ, ਅਸੀਂ ਉਹਨਾਂ ਨੂੰ ਟੂਰਿਜ਼ਮ ਵਿੱਚ ਗਾਈਡ ਕਰ ਸਕਦੇ ਹਾਂ ਕਿਉਂਕਿ ਅਸੀਂ ਸਾਡੇ ਬੱਚੇ ਇਕਨੋਮਿਕਲੀ ਵੀ ਸਟਰੋਂਗ ਹੋਣ। ਠੀਕ ਹੈ ਪ੍ਰਤਾਪ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਆਖਰ ਦੇ ਵਿੱਚ ਮੈਂ ਇਹ ਚਾਹਾਂਗਾ ਕਿ ਕੋਈ ਵੀ ਵਿਅਕਤੀ ਆ ਦੁਨੀਆ ਦੇ ਵਿੱਚੋਂ ਜਿਹੜੀ ਨਫ਼ਰਤ ਆ ਈਰਖਾ ਇਹ ਖਤਮ ਹੋ ਜਾਵੇ ਤੇ ਚੰਗਾ ਇਨਸਾਨ ਬਣ ਲਈ ਕੀ ਕਰਨਾ ਚਾਹੀਦਾ? ਇਨਸਾਨ ਬਣਨ ਵਾਸਤੇ ਕਿਸੇ ਦਾ ਧਰਮ ਨਾ ਦੇਖੋ ਕਿ ਗੁਰੂ ਸਾਹਿਬ ਨੇ ਦੇਖੋ ਅਸੀਂ ਕਾਦਰ ਤੇ ਕੁਦਰਤ ਦੋ ਚੀਜ਼ਾਂ ਨੇ ਨਾ, ਹਾਂਜੀ ਕਾਦਰ ਨੇ ਕੁਦਰਤ ਨੂੰ ਬਣਾਇਆ ਉਹਦੇ ਵਿੱਚ ਪੇੜ ਪੰਛੀ ਪੌਦੇ ਸਭ ਕੁਝ, ਅਸੀਂ ਇਹਦਾ ਧਿਆਨ ਰੱਖੀਏ, ਆਪਾਂ ਇੱਥੋਂ ਜਾਣਾ ਹੈ ਸਾਡੇ ਕੋਲ ਵੀਜ਼ਾ ਜਿਹੜਾ ਹੈਗਾ ਉਹ ਟ੍ਰਾਂਜ਼ਿਟ ਵੀਜ਼ਾ ਹੈ ਠੀਕ ਹੈ, ਇਹ ਸੁਖਮਨੀ ਸਾਹਿਬ 'ਚ ਵੀ ਤੁਸੀਂ ਪੜ੍ਹਿਆ, ਮੈਂ ਇਹਦਾ ਕੋਈ ਗਿਆਨੀ ਨਹੀਂ ਹੈਗਾ ਪਰ ਕਦੀ ਕਦੀ ਕੋਸ਼ਿਸ਼ ਕਰਦਾ ਹਾਂ ਕਿਤਾਬਾਂ ਪੜ੍ਹਨ ਦੀ ਕਿ ਆਪਾਂ ਵਾਪਸ ਆਪਣੇ ਲਾਈਟ 'ਚ ਮਿਲਣਾ ਹੈ ਜਿੱਥੋਂ ਹਜ਼ਾਰਾਂ ਸਾਲਾਂ ਤੋਂ ਅਸੀਂ ਕਿੰਨੀਆਂ ਜੂਨਾਂ ਭੁਗਤ ਕੇ ਵਾਪਸ ਆਏ ਹਾਂ, ਠੀਕ ਹੈ ਵਾਪਸ ਜਾਣਾ ਤੇ ਜਾਣਾ ਕਿਸ ਤਰ੍ਹਾਂ ਅੱਛੇ ਕਰਮ ਕਰਕੇ ਇਸ ਪਲੈਨਟ ਤੇ, ਉਹ ਲੱਖ ਆਗਾਸਾਂ ਆਗਾਸ ਲੱਖ ਪਤਾਲਾਂ ਪਤਾਲ, ਹਾਂਜੀ ਬੜੇ ਪਲੈਨਟ ਨੇ, ਇਸ ਪਲੈਨਟ ਤੇ ਤੁਹਾਡਾ ਅਗਰ ਅੱਛੇ ਕਰਮ ਕਰਕੇ ਜਾਓਗੇ ਤੇ ਤੁਹਾਡੀ ਜਿਹੜੀ ਬਾਡੀ ਹੈ ਉਹ ਮਾਈਗ੍ਰੇਟ ਕਰੇਗੀ, ਜਿਹੜੀ ਐਨਰਜੀ ਹੈ ਐਨਰਜੀ ਬਾਡੀ ਇੱਥੇ ਰਹਿ ਜਾਏਗੀ, ਐਨਰਜੀ ਟ੍ਰਾਂਸਮਿਟ ਕਰੇਗੀ ਉਸ ਐਨਰਜੀ ਨੂੰ ਜਿੱਥੋਂ ਆਪਾਂ ਵਿਛੜੇ ਹੋਏ ਹਾਂ, ਤੇ ਜੇ ਆਪਾਂ ਕੋਈ ਅੱਛੇ ਕੰਮ ਨਾ ਕੀਤੇ ਜਾਂ ਕੋਈ ਐਕਸ਼ਨ ਨਹੀਂ ਕੀਤੇ ਤੇ ਫਿਰ ਅਸੀਂ ਜਿਸ ਤਰ੍ਹਾਂ ਹੁਣ ਇੱਕ ਅੰਬੈਸਡਰ ਹੈ ਅਗਰ ਅੱਛਾ ਕੰਮ ਕਰਦਾ ਤੇ ਉਹਨੂੰ ਕੈਨੇਡਾ ਭੇਜਿਆ ਜਾਂਦਾ, ਹਾਂਜੀ ਉਹਨੂੰ ਨਿਊਯਾਰਕ ਭੇਜਿਆ ਜਾਂਦਾ, ਜਿਹੜਾ ਨਹੀਂ ਕੰਮ ਕਰਦਾ ਉਹਨੂੰ ਅਫਗਾਨਿਸਤਾਨ ਭੇਜਿਆ ਜਾਂਦਾ, ਠੀਕ ਤੇ ਤੁਹਾਡੇ ਐਕਸ਼ਨ ਤੋਂ ਹੋਣਾ ਹੈ ਔਰ ਫਿਰ ਤੁਹਾਡੇ ਕੋਲ ਮੈਨੂੰ ਸਿੱਖਾਂ ਨੂੰ ਸਿੱਖ ਕੁਝ ਕਿਸੇ ਨੂੰ ਅਸੀਂ ਧਰਮ ਨਹੀਂ ਪੁੱਛਣਾ, ਜੋ ਵੀ ਜਿੱਥੇ ਲੱਗਾ ਹੈ ਉਹਨੂੰ ਲੱਗ ਕੇ ਉਹ, ਜੇ ਸਾਡੇ ਕੋਲ ਸਾਡਾ ਲੰਗਰ ਦਾ ਕੀਤਾ ਅਸੀਂ ਵਰਲਡ 'ਚ ਛਾਏ ਹਾਂ, ਸਹੀ ਸਾਡੀਆਂ ਦਿੱਕਤਾਂ ਆ ਰਹੀਆਂ ਪਰ ਕੋਈ ਗੱਲ ਨਹੀਂ, ਸਾਡੀਆਂ ਦਿੱਕਤਾਂ ਤਾਂ ਗੁਰੂ ਸਾਹਿਬ ਨੇ ਜਦੋਂ ਸਾਨੂੰ ਕੀਤਾ ਪਰ ਅਸੀਂ ਕਿਸੇ ਦੇ ਅਗੇਂਸਟ ਨਹੀਂ ਬੋਲਣਾ ਕਿਸੇ ਦੇ ਧਰਮ ਦੇ, ਜੇ ਬੱਚਾ ਸਾਡੇ ਕੋਲ ਇੱਕ ਹਿੰਦੂ ਦਾ ਵੀ ਮੁਸਲਮਾਨ ਦਾ ਵੀ ਪੜ੍ਹਨਾ ਚਾਹੇਗਾ ਅਸੀਂ ਉਹਨੂੰ ਵੀ ਉਸ ਤਰ੍ਹਾਂ ਪੜ੍ਹਾਵਾਂਗੇ, ਅਸੀਂ ਉਹਨੂੰ ਵੀ ਕਹਾਂਗੇ ਦੇਖੇ ਭਾਈ ਤੂੰ ਬ੍ਰੇਕਫਾਸਟ ਕੀਤਾ ਕਿ ਨਹੀਂ ਕੀਤਾ, ਅਸੀਂ ਇਸ ਤੋਂ ਸਾਡਾ ਇਹ ਪ੍ਰੋਬਲਮ ਨਹੀਂ ਹੈਗੀ ਅਸੀਂ ਉਹਦੀ ਜਾਤ ਪੁੱਛੀਏ ਉਹਦਾ ਧਰਮ ਪੁੱਛੀਏ ਉਹਦਾ, ਅਸੀਂ ਨਹੀਂ ਪੁੱਛਣਾ, ਠੀਕ ਹੈ ਜੀ ਇਹ ਗੁਰੂ ਸਾਹਿਬ ਫਿਰ ਦੇਖ ਰਹੇ ਨੇ ਇਹ ਗੁਰੂ ਨਾਨਕ ਸਾਹਿਬ ਦਾ ਮੈਸੇਜ ਹੈ, ਠੀਕ ਹੈ ਤੁਸੀਂ ਵਰਲਡ ਤੇ ਛਾ ਜਾਓਗੇ ਤੇ ਬਹੁਤ ਬਹੁਤ ਧੰਨਵਾਦ ਜੀ। ਆਖਿਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਤੁਸੀਂ ਆਪਣੇ ਮਿਸ਼ਨ ਦੇ ਸੰਬੰਧ 'ਚ ਜਾਂ ਕੋਈ ਆਪਣਾ ਨੰਬਰ ਜਾਂ ਕੋਈ ਗੱਲਬਾਤ ਕਰਨਾ ਚਾਹੁੰਦੇ ਦੱਸਣਾ ਚਾਹੁੰਦੇ ਆ ਤਾਂ ਦਰਸ਼ਕਾਂ ਨੂੰ ਦੱਸ ਸਕਦੇ ਹੋ। ਹਾਂਜੀ ਮੈਂ ਨੰਬਰ ਜਿਹੜਾ ਮੇਰਾ ਹੈਗਾ ਉਹ ਵਟਸਐਪ ਤੇ ਹੀ ਕਮਿਊਨੀਕੇਟ ਕੀਤਾ ਜਾ ਸਕਦਾ ਹੈ 9589242004, ਮੈਂ ਰਿਪੀਟ ਕਰ ਦਿੰਦਾ ਜੀ 9589242004, ਅੱਗੇ ਇਹਦੇ 51 ਸਾਡਾ ਕੋਡ ਨੰਬਰ ਹੈ। ਹਾਂਜੀ ਹੈਲੋ, ਹਾਂਜੀ ਹਾਂਜੀ ਕਰੋਗਾ ਕੋਡ ਨੰਬਰ ਹੈ ਔਰ ਮੇਰੀ ਜਿਹੜੀ ਈਮੇਲ ਹੈਗੀ ਹੈ kartarpurperu2@gmail.com, ਮੈਂ ਰਿਪੀਟ ਕਰ ਰਿਹਾ ਜੀ kartarpurperu2@gmail.com, ਇਹ ਮੇਰਾ ਹੈ, ਕਦੀ ਵੀ ਤੁਸੀਂ ਮੈਨੂੰ ਫੋਨ ਕਰੋ ਔਰ ਬਾਕੀ ਆ ਟੂਰਿਸਟ ਕੰਟਰੀ ਹੈਗਾ ਜਦੋਂ ਇੱਥੇ ਘੁੰਮਣ ਵੀ ਆਓ ਤੇ ਸਾਨੂੰ ਤੁਸੀਂ
ਅਸੀਂ ਤੁਹਾਨੂੰ ਜੋ ਵੀ ਤੁਹਾਡੀ ਸੇਵਾ ਕਰ ਸਕੀਏ ਉਹ ਅਸੀਂ ਜ਼ਰੂਰ ਕਰਾਂਗੇ। ਔਰ ਮੈਂ ਤੁਹਾਨੂੰ ਭਾਈ ਸਾਹਿਬ ਜੀ ਤੁਹਾਨੂੰ ਕਹਿੰਦਾ ਕਿ ਤੁਸੀਂ ਨੈਕਸਟ ਵੀਕ ਤੋਂ ਜਾਂ ਟਾਈਮ ਕੱਢੋ, ਤੁਹਾਨੂੰ ਅਸੀਂ ਸਪੈਨਿਸ਼ ਪੜ੍ਹਾਵਾਂਗੇ। ਜ਼ਰੂਰ ਜੀ, ਅਸੀਂ ਕੋਸ਼ਿਸ਼ ਕਰਾਂਗੇ, ਜਿੰਨੀਆਂ ਵੀ ਲੈਂਗੁਏਜ ਬੰਦਾ ਸਿੱਖ ਜੇ ਵਧੀਆ, ਅਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਟਾਈਮ ਕੱਢ ਕੇ, ਭਾਵੇਂ ਕਾਫੀ ਬੀਤੀ ਹੋਈ ਦਾ, ਫਿਰ ਵੀ ਜਿਹੜੀ ਤੁਸੀਂ ਔਫਰ ਦਿੱਤੀ ਆ ਉਹਦਾ ਜ਼ਰੂਰ ਐਕਸੈਪਟ ਕਰਦੇ ਹਾਂ। ਅਤੇ ਬਹੁਤ ਬਹੁਤ ਮਿਹਰਬਾਨੀ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਧੰਨਵਾਦੀਆਂ, ਤੁਸੀਂ ਸਮਾਂ ਦਿੱਤਾ। ਹਾਂਜੀ, ਜੇ ਕੋਈ ਹੋਰ ਗੱਲ ਰਹਿ ਗਈ ਹੋਵੇ ਤਾਂ ਉਹ ਕਰ ਸਕਦੇ ਲਾਸਟ। ਨਹੀਂ ਜੀ, ਸਭ ਬਾਬੇ ਦੀ ਬੜੀ ਬਖਸ਼ਿਸ਼, ਤੁਸੀਂ ਅੱਛਾ, ਤੁਹਾਡਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਬਖਸ਼ੇ, ਜਿੰਨਾ ਤੁਸੀਂ ਉਦਮ ਕਰ ਰਹੇ ਹੋ ਸਾਡਾ ਮੈਸੇਜ ਪਹੁੰਚਾਇਆ। ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਵੀ ਹਰ ਬੰਦੇ ਨੂੰ ਮਿਲਣਾ, ਤੇ ਬਾਕੀ ਬਹੁਤ ਬਹੁਤ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਬਖਸ਼ੇ, ਤੁਹਾਡਾ ਚੈਨਲ ਜਿਹੜਾ ਹੈ ਉਹ ਦਿਨ ਦੁੱਗੀ ਤਰੱਕੀ ਕਰੇ, ਤੇ ਤੁਸੀਂ ਵੀ ਇਸ ਤਰ੍ਹਾਂ ਕੌਮ ਦੀ ਜਿਹੜੀ ਸੇਵਾ ਕਰਦੇ ਰਹੋ, ਤੇ ਸਾਡੀਆਂ ਅਰਦਾਸਾਂ ਸ਼ੁਭਕਾਮਨਾ ਹਮੇਸ਼ਾ ਤੁਹਾਡੇ, ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ। ਔਰ ਕੋਈ ਵੀ ਅਗਰ ਤੁਸੀਂ ਕਿਸੇ ਤੁਹਾਡੇ ਅਸੀਂ ਕੰਮ ਆ ਸਕੇ, ਸਾਨੂੰ ਆਵਾਜ਼ ਜ਼ਰੂਰ ਮਾਰਿਓ। ਬਹੁਤ ਬਹੁਤ ਮਿਹਰਬਾਨੀ ਪ੍ਰਤਾਪ ਸਿੰਘ ਜੀ। ਦਰਸ਼ਕੋ, ਇਹ ਸਨ ਭਾਈ ਪ੍ਰਤਾਪ ਸਿੰਘ ਜੀ, USA ਤੋਂ, ਜਿਹਨੂੰ ਆਪਾਂ ਸਾਊਥ ਅਮਰੀਕਾ ਕਹਿ ਸਕਦੇ, ਉੱਥੋਂ ਪੂਰਾ ਉਹਨੇ ਦੱਸ ਦਿੱਤਾ ਪੇਰੂ ਜਿਹੜਾ ਇਲਾਕਾ ਜਿੱਥੇ ਉਹ ਰਹਿੰਦੇ ਆ, ਅਤੇ ਉਹਨੇ ਆਪਣਾ ਈਮੇਲ ਵੀ ਦਿੱਤਾ, ਟੈਲੀਫੋਨ ਨੰਬਰ ਵੀ ਦਿੱਤਾ, ਤੁਸੀਂ ਵੀ ਗੱਲ ਕਰਨੀ ਚਾਹੁੰਦੇ ਉਹਨਾਂ ਨਾਲ ਜ਼ਰੂਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਦੀ ਜਾਚਨਾ ਮੰਗਦੇ ਹਾਂ, ਅਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਆਵਾਜ਼ੇ ਕੌਮ TV। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।